ਸਤਿ ਸ਼੍ਰੀ ਅਕਾਲ ਜੀ, ਅੱਜ ਸਾਡੀ ਵਿਵੇਕ ਦੀ ਟੀਮ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਵਿੱਚ ਪਹੁੰਚ ਚੁੱਕੀ ਹੈ ਨਿਹਾਲ ਸਿੰਘ ਵਾਲਾ। ਔਰ ਇੱਥੇ ਜਿਹੜਾ ਸੈਮੀਨਾਰ ਆ ਉਹ ਪੰਜਾਬੀ ਫਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ, ਜਿੱਥੇ ਕਿ ਡਾਕਟਰਾਂ ਦੀ ਟੀਮ ਪਹੁੰਚ ਰਹੀ ਆ ਔਰ ਬਹੁਤ ਸਾਰੀਆਂ ਇੱਥੇ ਕਿਤਾਬਾਂ ਦੀਆਂ ਸਟਾਲਾਂ ਵੀ ਲੱਗੀਆਂ। ਔਰ ਜਿਹੜੇ ਮੁੱਖ ਬੁਲਾਰੇ ਆ ਡਾਕਟਰ ਸੁਖਵਿੰਦਰ ਸਿੰਘ ਬਰਾੜ, ਨਿਊਟ੍ਰੀਸ਼ਨ ਐਕਸਪਰਟ ਹੋਣਗੇ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ, ਇਹ ਪੰਜਾਬੀ ਫਾਊਂਡੇਸ਼ਨ ਨਿਹਾਲ ਸਿੰਘ ਵਾਲਾ ਵੱਲੋਂ ਜੀ ਔਰਗਨਾਈਜ਼ ਕੀਤਾ ਗਿਆ, ਜਿਹਦੇ ਵਿੱਚ ਨਿਊਟ੍ਰੀਸ਼ਨ ਐਕਸਪਰਟ ਡਾਕਟਰ ਸੁਖਵਿੰਦਰ ਸਿੰਘ ਬਰਾੜ, ਜਿਹੜੇ ਕਿ ਕੈਨੇਡਾ ਤੋਂ ਨੇ, ਉਹ ਅੱਜ ਆਏ ਹੋਏ ਨੇ ਅਸੀਂ ਨਿਊਟ੍ਰੀਸ਼ਨ ਬਾਰੇ ਔਰ ਸਾਡੀ ਰਸੋਈ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਕਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ, ਸਿਹਤ ਸੰਬੰਧੀ ਇੱਕ ਸੈਮੀਨਾਰ ਹੈ ਜਿਹਦੇ ਵਿੱਚ ਆਮ ਪਬਲਿਕ ਨੂੰ ਖੁੱਲ੍ਹਾ ਸੱਦਾ ਹੈ ਔਰ ਬਿਮਾਰੀਆਂ ਨਾਲ ਲੜਨ ਵਾਸਤੇ ਜਾਂ ਬਿਮਾਰੀਆਂ ਤੋਂ ਬਚਣ ਵਾਸਤੇ ਕਿਹੜੇ ਕਿਹੜੇ ਨਿਊਟ੍ਰੀਸ਼ਨ ਸਾਨੂੰ ਖਾਣੇ ਪੈਣਗੇ ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਬਦਲਾਅ ਕਰਨਾ ਪਵੇਗਾ ਔਰ ਭੋਜਨ ਦੇ ਵਿੱਚ ਸਾਨੂੰ ਕੀ ਬਦਲਾਅ ਕਰਨਾ ਪਵੇਗਾ, ਉਹਦੇ ਵਾਸਤੇ ਜਿਹੜੇ ਹੈਗੇ ਡਾਕਟਰ ਸਾਹਿਬ ਸਾਨੂੰ ਸਾਰਾ ਕੁਛ ਦੱਸ ਕੇ ਜਾਣਗੇ। ਔਰ ਇਹਦੇ ਵਾਸਤੇ ਡਾਕਟਰ ਸਾਹਿਬ ਦੀ ਇੱਕ ਫੇਸਬੁੱਕ 'ਤੇ ਬਣਿਆ ਹੋਇਆ ਹੈ, ਇਹਨਾਂ ਦਾ ਇੱਕ ਪੇਜ ਬਣਿਆ ਹੋਇਆ, ਉਹ ਹੈਗਾ ਜੀ ਲਾਈਫ ਹੈਲਥ ਨੌਲੇਜ ਫਾਊਂਡੇਸ਼ਨ। ਸੋ ਉਸ ਨਾਲ ਵੀ ਲੋਕ ਸਾਰੇ ਜੁੜ ਕੇ ਪਰਚੇ ਪਾਉਂਦੇ ਰਹਿੰਦੇ ਨੇ ਇਹ ਨਿਊਟ੍ਰੀਸ਼ਨ 'ਤੇ ਔਰ ਬਹੁਤ ਐਕਸਪਰਟ ਨੇ। ਸੋ ਅੱਜ ਜਿਹੜੀਆਂ ਬਿਮਾਰੀਆਂ ਤੋਂ ਰਹਿਤ ਜੀਵਨ ਅਸੀਂ ਕਿਵੇਂ ਜਿਉਂ ਸਕਦੇ ਹਾਂ ਨਿਊਟ੍ਰੀਸ਼ਨ ਦੇ ਆਧਾਰ 'ਤੇ, ਉਹਦੇ ਬਾਰੇ ਵਿਸਤਾਰ ਸੇ ਚਾਨਣਾ ਪਾਉਣਗੇ। ਸਰ ਜਿਹੜੇ ਡਾਕਟਰ ਸਾਹਿਬ ਆ ਰਹੇ ਆ ਅਤੇ ਔਰ ਜਿਹੜੀਆਂ ਮੈਡੀਸਨ ਆ ਗਈਆਂ ਉਹ ਫ੍ਰੀ ਵਿੱਚ ਦਿੱਤੀਆਂ ਜਾਣਗੀਆਂ ਜਾਂ ਉਹ ਚੈੱਕਅਪ ਕਰਨ ਲਈ ਆ ਰਹੇ ਆ? ਨਹੀਂ, ਅਸਲ ਦੇ ਵਿੱਚ ਮੈਡੀਸਨ ਤੋਂ ਅਸੀਂ ਤਾਂ ਜਿਹੜਾ ਸਾਡਾ ਸਲੋਗਨ ਹੈ ਨਾ ਉਹ ਹੈਗਾ ਜੀ ਸੇ ਨੋ ਟੂ ਮੈਡੀਸਨ, ਅਸੀਂ ਦਵਾਈਆਂ ਤੋਂ ਬਿਨਾਂ ਕਿਵੇਂ ਠੀਕ ਹੋਣਾ ਇਹ ਉਹਦੇ ਬਾਰੇ ਦੱਸਣ ਵਾਸਤੇ ਆ ਰਹੇ ਆ। ਠੀਕ ਹੈ, ਕਿਉਂਕਿ ਕੋਈ ਦਵਾਈ ਨਹੀਂ ਦੇਣ ਵਾਸਤੇ ਆ ਰਹੇ, ਦਵਾਈਆਂ ਤੁਸੀਂ ਆਲਰੇਡੀ ਬਹੁਤ ਖਾ ਰਹੇ ਹਾਂ। ਓਕੇ, ਸਾਡੇ ਲੋਕਾਂ ਦੇ ਵਿੱਚ ਮੇਰਾ ਖਿਆਲ ਹੈ ਵੀ ਦਵਾਈਆਂ ਦੀ ਭਰਮਾਰ ਹੈ, ਹਰ ਪਰਿਵਾਰ ਦੇ ਵਿੱਚ ਜਿੰਨੇ ਜੀਵ ਪਰਿਵਾਰ ਦੇ ਨੇ ਉਹਨੇ ਦੇ ਅੱਡ ਅੱਡ ਬਾਕਸ ਲੱਗੇ ਆ ਦਵਾਈਆਂ ਦੇ। ਸੋ ਜਿਹੜੀਆਂ ਅੰਗਰੇਜ਼ੀ ਦਵਾਈਆਂ ਜਾਂ ਇਹਨਾਂ ਨੇ ਬਹੁਤ ਸਾਰਾ ਨੁਕਸਾਨ ਵੀ ਦੇਣਾ ਹੁੰਦਾ, ਅਸੀਂ ਉਹਨਾਂ ਤੋਂ ਬਚਣਾ ਕਿਵੇਂ ਹੈ, ਆਪਦੀ ਰਸੋਈ ਦੇ ਵਿੱਚੋਂ ਸਾਡਾ ਇਲਾਜ ਅਸੀਂ ਲੱਭਣਾ ਕਿਵੇਂ ਹੈ, ਅਸੀਂ ਇਹ ਡਾਕਟਰ ਸਾਹਿਬ ਉਹਦੇ ਬਾਰੇ ਦੱਸਣ ਵਾਸਤੇ ਆ ਰਹੇ ਨੇ। ਮੈਂ ਹੁਣ ਬੇਨਤੀ ਕਰਾਂ ਕਿ ਬਹੁਤ ਸਤਿਕਾਰਯੋਗ ਡਾਕਟਰ ਨਵਦੀਪ ਚੌੜਾ ਜੀ, ਜਿਹੜੇ ਕਿ ਖੇਤੀਬਾੜੀ ਮਾਹਿਰ ਨੇ, ਖੇਤੀਬਾੜੀ ਅਫਸਰ ਨੇ, ਮੁੱਢ ਤੋਂ ਸਿਰਫ ਖੇਤੀਬਾੜੀ ਨਹੀਂ ਇਹ ਪੰਜਾਬ ਪੰਜਾਬੀ ਨਾਲ ਜੁੜੀ ਸ਼ਖਸੀਅਤ ਹੈ, ਪੰਜਾਬੀ ਫਾਊਂਡੇਸ਼ਨ ਰਾਹੀਂ ਕਲਚਰ ਦੀ ਸੱਭਿਆਚਾਰ ਦੀ ਬਹੁਤ ਪ੍ਰੋਗਰਾਮ ਕਰੇ ਆ, ਰੰਗਕਰਮੀ ਨੇ, ਪੁਰਾਣੇ ਰੰਗਕਰਮੀ ਨੇ, ਇਹਨਾਂ ਨਾਂ ਚੱਲਦਾ। ਸੋ ਇਹ ਚੁੱਪ ਕਰਕੇ ਨਹੀਂ ਬੈਠੇ, ਲਗਾਤਾਰ ਹੀ ਸਰਗਰਮੀਆਂ ਕਰਦੇ ਨੇ, ਜਿਹਨਾਂ ਨੇ ਮਹਿਸੂਸ ਕੀਤਾ ਕਿ ਲੋਕਾਂ ਦੀ ਸਿਹਤ ਅੱਜ ਮੁੱਖ ਤੌਰ ਤੇ ਚਿੰਤਾ ਦਾ ਵਿਸ਼ਾ। ਖਾਣ ਪੀਣ ਚੀਜ਼ਾਂ ਨਿਊਟ੍ਰੀਸ਼ਨ ਮਾਹਿਰ ਡਾਕਟਰ ਸੁਖਵਿੰਦਰ ਸਿੰਘ ਬਰਾੜ ਸਾਹਿਬ, ਉਹਨਾਂ ਨੂੰ ਬੁਲਾਇਆ ਖਾਸ ਤੌਰ ਤੇ, ਉਹਨਾਂ ਧੰਨਵਾਦੀ ਹੈ, ਉਹ ਆਏ ਨੇ। ਮੈਂ ਬੇਨਤੀ ਕਰਾਂ ਕਿ ਮੈਂ ਬਹੁਤ ਸਤਿਕਾਰਯੋਗ ਡਾਕਟਰ ਨਵਦੀਪ ਚੌੜਾ ਜੀ। ਆਪਣੇ ਮੋਗੇ ਦੇ ਮੈਂ ਜਿੰਨੇ ਵੀ ENT ਸਪੈਸ਼ਲਿਸਟ ਸੀ ਸਾਡੇ, ਕਿਉਂਕਿ ਆਪਦੀ ਫੈਮਿਲੀ ਡਾਕਟਰਾਂ ਨਾਲ ਰਿਲੇਟਡ ਆ, ਮੈਂ ਤੁਸੀਂ ਇਹ ਦੇਖ ਲਓ ਵੀ ਮੈਂ ਆਪ ਵੀ ਅੱਧਾ ਮੈਡੀਕਲ ਤਾਂ ਮੈਂ ਆਪ ਪੜ੍ਹੀ ਵੀ ਅੱਧੀ, ਬਾਕੀ ਸਾਡੇ ਨਿਆਣੇ ਡਾਕਟਰ। ਮੈਨੂੰ ਕਹਿੰਦੇ ਵੀ ਇਹ ਕੰਨਾਂ ਦੀ ਪ੍ਰੋਬਲਮ ਆ, ਮੈਂ ਕੰਨਾਂ ਦੇ ਦੋ ਡਾਕਟਰਾਂ ਕੋਲ ਗਿਆ, ਇੱਕ ਮੋਗੇ, ਦੋਨਾਂ ਕੋਲੇ ਦੋਨਾਂ ਨੇ ਚੱਕਰਾਂ ਵਾਲੀਆਂ ਗੋਲੀਆਂ ਲਿਖੀਆਂ, ਜਦੋਂ ਖਾਇਆ ਕਰਾਂ ਸਿਰ ਫੜ ਲਿਆ ਕਰਾਂ, ਕੋਈ ਫਰਕ ਨਾ। DMC ਚਲਾ ਗਿਆ, ਮੈਂ ਹੁਣ ਨਾਂ ਨਹੀਂ ਲੈਣਾ ਡਾਕਟਰਾਂ ਦੇ, ਕਿਉਂਕਿ ਫਿਰ ਅਗਲਾ ਕਹਿੰਦਾ ਰਿਕਾਰਡਿੰਗ ਹੋ ਰਹੀ ਹੈ, ਸਾਡੇ ਨਾਂ ਲੈ ਰਹੇ ਆ। ਹੈੱਡ ਆਫ ਦੀ ਡਿਪਾਰਟਮੈਂਟ ENT ਕੋਲੇ ਗਿਆ, ਮੈਂ ਮਹੀਨਾ ਉਹਨਾਂ ਨੇ ਦਵਾਈ ਖਵਾਈ, ਬਿਲਕੁਲ ਕੋਈ ਫਰਕ ਨਹੀਂ ਪਿਆ। ਉਦੋਂ ਬਾਅਦ ਮੈਨੂੰ ਇਹ ਵਹਿਮ ਲੱਗਿਆ, ਕਿਉਂਕਿ ਮੈਂ ਆਪ ਪੜ੍ਹਿਆ ਲਿਖਿਆ, ਮੈਂ ਕਿਤੇ ਹੋਰ ਨਾ ਕਿਤੇ ਕੋਈ ਦਿਮਾਗ ਦੇ ਵਿੱਚ ਕੋਈ ਰਸੌਲੀ ਜਾਂ ਕੋਈ ਹੋਰ ਨਾ ਚੀਜ਼ ਬਣ ਗਈ ਹੋਵੇ, ਮੈਂ ਨਿਊਰੋ ਵਾਲੇ ਕੋਲੇ ਚਲਾ ਗਿਆ। ਉਹਨਾਂ ਨੇ ਮੇਰੇ ਟੈਸਟ ਕਰਵਾਏ, ਤੋਰ ਤੁਰ ਕੇ ਦੇਖਿਆ, ਕਹਿੰਦੇ ਵੀ ਤੈਨੂੰ ਲੱਗਦਾ ਪ੍ਰੋਬਲਮ ਅਟੈਕਸੀਆ ਇੱਕ ਡਿਜ਼ੀਜ਼ ਹੁੰਦੀ ਹੈ, ਵੀ ਤੁਰਨ ਫਿਰਨ ਦੇ ਵਿੱਚ ਤੈਨੂੰ ਪ੍ਰੋਬਲਮ ਆ। ਮਹੀਨਾ ਦਵਾਈ ਖਵਾਈ, ਕੋਈ ਚੇਂਜ ਨਾ, ਕੋਈ ਮੈਨੂੰ ਕਹਿੰਦੇ ਤੂੰ ਵਹਿਮ ਕਰਦਾ, ਤੂੰ ਵਹਿਮੀ ਹੋ ਗਿਆ, ਤੈਨੂੰ ਵਹਿਮ ਆ, ਪੜ੍ਹੇ ਲਿਖੇ ਵਹਿਮ ਵੱਧ ਕਰਦਾ, ਤੈਨੂੰ ਨੌਲੇਜ ਆ, ਤੂੰ ਵਹਿਮ ਛੱਡ। ਜਿਹਨੂੰ ਮੈਂ ਕਹਿੰਦਾ ਡਾਕਟਰ ਵੀ ਮੈਨੂੰ ਉਹ ਨਿਊਰੋ ਵਾਲਾ ਕੀ ਉੱਤੇ ਕਹਿਣ ਲੱਗਿਆ ਤੂੰ ਵਹਿਮ ਚ ਆ। ਮੈਂ ਕਿਹਾ ਯਾਰ ਮੈਨੂੰ ਪ੍ਰੋਬਲਮ ਆ, ਸਾਰੇ ਕਹੀ ਜਾਂਦੇ ਵਹਿਮ ਆ, ਡਰਾਈਵਿੰਗ ਕਰਨੀ ਛੱਡਦੀ, ਗੁਰਮੀਤ ਬੈਠਾ ਡਰਾਈਵਰ ਮੈਨੂੰ ਮਹੀਨਾ ਦਫ਼ਤਰ ਇਹ ਲੈ ਕੇ ਜਾਂਦਾ ਰਿਹਾ। ਇੱਕ ਦਿਨ ਮੈਂ ਗੱਡੀ ਉਹਦੀ ਮਾਰ ਵੀ ਦਿੱਤੀ ਸੀ, ਜਾਣੀ ਕਿ ਮੈਨੂੰ ਇੰਨਾ ਚੱਕਰ ਪੈ ਗਿਆ। ਤੇ ਮੇਨ ਟਾਈਮ ਦੇ ਵਿੱਚ ਮੈਨੂੰ ਦਸੰਬਰ ਦੇ ਵਿੱਚ ਮੇਰੇ ਖਾਸ ਯਾਰ ਡਾਕਟਰ ਮਨਜੋਤ ਗਿੱਲ ਦਾ ਫੋਨ ਆ ਗਿਆ ਕੈਨੇਡਾ ਤੋਂ,
ਤੇ ਮੈਂ ਉਹਦਾ ਇੱਕ ਦਿਨ ਫੋਨ ਨਾ ਚੱਕਿਆ, ਮੈਨੂੰ ਗਾਲਾਂ ਕੱਢਣ ਲੱਗਿਆ, ਕਹਿੰਦਾ ਤੂੰ ਫੋਨ ਨੀ ਚੱਕਿਆ। ਮੈਂ ਕਿਹਾ ਮੈਨੂੰ ਆਹ ਸਮੱਸਿਆ, ਮੈਨੂੰ ਕਹਿੰਦਾ ਤੂੰ ਲੱਕੀ ਆ। ਮੈਂ ਕਿਹਾ ਕੀ ਗੱਲ? ਕਹਿੰਦਾ ਡਾਕਟਰ ਸੁਖਵਿੰਦਰ ਬਰਾੜ ਇੰਡੀਆ ਆਏ ਵੀ। ਮੈਂ ਕਹਿੰਦਾ ਉਹਨਾਂ ਨਾਲ ਤੈਨੂੰ ਫੋਨ ਕਰਦਾ ਤੇ ਤੂੰ ਉਹਨਾਂ ਦੇ ਨਾਲ ਸੰਪਰਕ ਕਰ। ਉਹਨਾਂ ਨੇ ਫੋਨ ਕੀਤਾ, ਮੈਂ ਡਾਕਟਰ ਸਾਹਿਬ ਨੂੰ ਫੋਨ ਤੇ ਸੰਪਰਕ ਕੀਤਾ, ਮੋਹਾਲੀ ਇਹਨਾਂ ਦੀ ਰਹਿਸ਼ ਆ, ਕਹਿੰਦੇ ਵੀ ਮੈਂ ਉੱਥੇ ਆ। ਔਰ ਇਹ ਗੱਲ ਹੈਗੀ ਆ, ਮੇਰਾ ਖਿਆਲ 30-31 ਦਸੰਬਰ ਦੀ ਡੇਟ ਤੇ ਮੈਂ ਡਾਕਟਰ ਸਾਹਿਬ ਕੋਲੇ, ਮੈਂ ਗੁਰਮੀਤ ਨੂੰ ਕਿਹਾ, ਮੈਂ ਕਿਹਾ ਚੱਲ ਯਾਰ ਇੰਨੇ ਤੰਗ ਆ ਹੁਣ ਡਾਕਟਰ ਸਾਹਿਬ ਕੋਲੇ ਜਾਈਏ। ਇਹਨਾਂ ਨੇ ਮੈਨੂੰ ਸਟੈਂਡ, ਮੈਂ ਫੋਨ ਤੇ ਹੀ ਇਹਨਾਂ ਨੇ ਮੈਨੂੰ, ਮੈਂ ਕਿਹਾ ਮੈਨੂੰ ਕਹਿੰਦੇ ਪ੍ਰੋਬਲਮ ਕੀ ਆ? ਮੈਂ ਕਿਹਾ ਜੀ ਆ। ਕਹਿੰਦੇ ਯਾਰ ਤੈਨੂੰ ਡਾਕਟਰ ਨੂੰ ਹੀ ਭਜਾਈ ਫਿਰਦੇ ਆ, ਤੂੰ ਮੇਰੇ ਕੋਲੇ ਆ। ਮੈਂ ਗਿਆ, ਡਾਕਟਰ ਸਾਹਿਬ ਨੇ ਮੇਰੇ ਦੇ ਕੋਲੇ 3 ਘੰਟੇ ਲਾਏ, ਇਹਨਾਂ ਨੇ ਸਾਰਾ ਕੁਛ ਪੁੱਛਿਆ। ਜਿਹੜੀਆਂ ਚੀਜ਼ਾਂ ਦੀ ਸਪਲੀਮੈਂਟ ਦੀ ਲੋੜ ਸੀ ਉਹ ਮੈਨੂੰ ਦੇਣੀ ਸ਼ੁਰੂ ਕੀਤੀ। ਕੈਨ ਯੂ ਇਮੈਜਿਨ ਕਿ ਮੈਂ 7 ਦਿਨਾਂ ਦੇ ਵਿੱਚ ਮੇਰੇ 'ਚ ਚੇਂਜ ਆਉਣੀ ਸ਼ੁਰੂ ਹੋ ਗਈ। 4 ਮਹੀਨਿਆਂ ਦੇ ਵਿੱਚ ਜਿਹੜੇ ਡਾਕਟਰ ਮੇਰੇ ਦੇ ਵਿੱਚ ਬਦਲਾਅ ਨਹੀਂ ਸੀ ਲਿਆ ਸਕੇ, ਮੈਂ ਇੰਨਾ ਬੋਲ ਨਹੀਂ ਸੀ ਸਕਦਾ, ਤੁਰ ਨਹੀਂ ਸੀ ਸਕਦਾ, ਇੱਥੋਂ ਲੈ ਘਰ ਤੋਂ ਲੈ ਕੇ ਇੱਥੋਂ ਤੱਕ ਮੈਨੂੰ ਜਾਣੀ ਕਿ ਸਾਹ ਚੜ ਜਾਂਦਾ ਸੀ, ਸਰੀਰ ਮੇਰਾ ਕੰਬਣ ਲੱਗ ਜਾਂਦਾ ਸੀ, ਆਵਾਜ਼ ਦੇ ਵਿੱਚ ਕੰਬਣੀ ਸ਼ੁਰੂ ਹੋ ਜਾਂਦੀ। ਇਹ ਉਹ ਐਲੀਮੀਨੇਟ ਤਾਂ ਮੇਰੀ ਹੋਣੀ ਸ਼ੁਰੂ ਹੋਣੀ ਹੋਈ ਸੀ। ਤੇ ਡਰਾਮ ਮੈਂ ਡਾਕਟਰ ਸਾਹਿਬ ਇਹ ਗੱਲਾਂ ਕਰਦਾ ਸੀ, ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਕੰਨਾਂ ਦੇ ਵਿੱਚੋਂ ਆਵਾਜ਼ਾਂ ਵੀ ਆਉਂਦੀਆਂ ਸੀ, ਤੇ ਮੈਂ ਸਰਦੀਆਂ ਦੇ ਵਿੱਚ ਆਉਂਦੇ ਜਿਹੜਾ ਮੇਰਾ ਅਟੈਚ ਬਾਥਰੂਮ ਉਹਦਾ ਪੱਖਾ ਪੁੱਖਾ ਕੀਤਾ ਹੁੰਦਾ ਸੀ ਮੇਰਾ, ਵੀ ਤਾਂ ਜੋ ਉਹਦੀ ਹਵਾ ਨਾ ਲੱਗੇ, ਉਹਦੀ ਮੈਨੂੰ ਆਵਾਜ਼ ਸੁਣੇ ਤੇ ਰਾਤ ਨੂੰ ਮੇਰੀ ਕੰਨਾਂ ਦੇ ਵਿੱਚੋਂ ਦੂਜੀ ਆਵਾਜ਼ ਨਾ ਸੁਣੇ। ਡਾਕਟਰ ਸਾਹਿਬ ਕੱਲ ਆਏ ਹੋਏ ਸੀ, ਗੈਸਟ ਜ਼ਿਆਦੇ ਆਏ ਸੀ, ਤੇ ਮੈਂ ਆਪਣੇ ਬੈਡਰੂਮ 'ਚ ਨਾ ਪਿਆ, ਇਹਨਾਂ ਨੇ ਮੈਨੂੰ ਉਹ ਵੀ ਸ਼ੁਰੂ ਕਰਾਇਆ ਹੋਇਆ ਸੀ ਸਮਾਨ ਕੰਨਾਂ ਵਾਲਾ ਵੀ। ਤੇ ਅੰਕਲ ਜੀ ਮੈਂ ਤੁਹਾਨੂੰ ਗੱਲ ਦੱਸਦਾ ਵੀ ਰਾਤ ਨੂੰ ਮੈਂ ਡਰਾਇੰਗ ਰੂਮ 'ਚ ਸੁੱਤਾ, ਮੇਰੇ ਕੰਨਾਂ 'ਚ ਆਵਾਜ਼ ਨਹੀਂ ਆਈ। ਹੁਣ ਜਾਣੀ ਤੁਸੀਂ ਇੱਥੇ ਜਾਣੀ ਇਹਨਾਂ ਕੋਲੇ ਸਹੀ ਮਿਹਨਤ ਦੇ ਵਿੱਚ, ਉਹਦਾ ਕਾਰਨ ਇਹ ਆ ਵੀ ਇਹਨਾਂ ਕੋਲੇ ਸੈਂਟੈਂਸ ਬੇਸ ਆ। ਤੁਹਾਡਾ ਚਾਹ ਪੀਣ ਨੂੰ ਵੀ ਜੀ ਨਹੀਂ ਕਰਨਾ, ਅਸੀਂ ਧੂਰੀ ਸੀ 12 ਵਜੇ ਸ਼ੁਰੂ ਹੋਏ ਸੀ, 5-6 ਵਜੇ ਉੱਠਿਆ ਸੀ ਬਾਥਰੂਮ ਕਰਨ ਵੀ ਉੱਠੇ। ਜੇ ਕੋਈ ਟੈਕਨੀਕਲ ਗੱਲ ਨਾ ਸਮਝਾ ਜੀ, ਬਾਅਦ ਦੇ ਵਿੱਚ ਆਪਾਂ ਕੁਐਸਚਨ ਆਨਸਰ ਕਰਨਾ, ਵਿੱਚੋਂ ਨਹੀਂ ਟੋਕਣਾ, ਵਿੱਚੋਂ ਟੋਕ ਕੇ ਗੱਲ ਲੜੀ ਤੁਰਨੀ ਨਹੀਂ। ਕਿਹੜੇ ਤੇਲ ਖਾਣੇ ਆ, ਸਾਰੇ ਫੰਡੇ ਕਲੀਅਰ ਕਰਕੇ ਜਾਣਗੇ, ਸੋਇਆਬੀਨ ਖਵਾ ਖਵਾ ਕੇ ਢਿੱਡ ਸਾਡੇ ਤੂੰ ਪਿਆਰ ਕੇ ਕਰਾ ਤੇ, ਡਾਕਟਰ ਸਾਹਿਬ ਦੱਸਣਗੇ ਕਿਹਦੀ ਦੇਣ ਸੀ ਉਹ ਸੋਇਆਬੀਨ ਦੇ ਸੰਬੰਧ ਦੇ ਵਿੱਚ, ਆਪਣੀਆਂ ਵਿਸਥਾਰ ਪੂਰਵਕ ਜਿਹੜੇ ਵਿਚਾਰ ਉਹ ਸਾਂਝੇ ਕਰਨਗੇ। ਡਾਕਟਰ ਸੁਖਵਿੰਦਰ ਸਿੰਘ ਜੀ ਬਰਾੜ, ਪ੍ਰਧਾਨ ਹੈਲਦੀ ਲਾਈਫ ਸਟਾਈਲ ਨੌਲੇਜ ਫਾਊਂਡੇਸ਼ਨ ਕੈਨੇਡਾ। ਬਹੁਤ ਬਹੁਤ ਧੰਨਵਾਦ ਡਾਕਟਰ ਨਵਦੀਪ ਜੀ, ਬਹੁਤ ਹੀ ਸੂਝਵਾਨ, ਅਗਾਂਹ ਵਧੂ ਔਰ ਆਪਣੀ ਸਿਹਤ ਚਿੰਤਤ ਪੈਣਾ ਤੇ ਭਰਾਵਾ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਨਾਲ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਕਿ ਅੱਜ ਆਪਾਂ ਇੱਕ ਐਸੇ ਵਿਸ਼ੇ 'ਤੇ ਗੱਲ ਕਰਦੇ ਹਾਂ ਜਿਹੜਾ ਕਿ ਸਾਡੇ ਪੰਜਾਬ ਨੂੰ ਜਿਸਦੀ ਬਹੁਤ ਜ਼ਿਆਦਾ ਲੋੜ ਹੈ। ਸਾਡੀ ਡਾਇਟ ਮੁੱਢਲੀ ਡਾਇਟ ਸਾਡੇ ਐਨਸੈਸਟਰ ਜਿਹਨੂੰ ਕਹਿੰਦੇ ਆ, ਆਪਣੇ ਪੁਰਾਣੇ ਜਿਹੜੇ ਬਜ਼ੁਰਗ ਸੀ ਉਹ ਕੀ ਖਾਇਆ ਕਰਦੇ ਸੀ, ਉਦੋਂ ਬਾਅਦ ਕਿਵੇਂ ਕਿਵੇਂ ਡਾਇਟ ਬਦਲਦੀ ਗਈ, ਕਿਵੇਂ ਕਿਵੇਂ ਡਾਇਟ ਬਦਲਣ ਨਾਲ ਸਾਨੂੰ ਬਿਮਾਰੀਆਂ ਲੱਗਦੀਆਂ ਰਹੀਆਂ, ਇਹ ਸਾਰੇ ਵਿਸ਼ਿਆਂ 'ਤੇ ਆਪਾਂ ਗੱਲ ਕਰਨੀ। ਔਰ ਇਹਦੇ ਵਿੱਚ ਜਦੋਂ ਅਸੀਂ ਤਬਦੀਲੀਆਂ ਲੈਂਦੀਆਂ ਡਾਇਟ ਖਾਣ ਦੇ ਵਿੱਚ, ਤਾਂ ਸਾਨੂੰ ਕਿਹੜੀ ਡਾਇਟ ਸਾਨੂੰ ਅਨੁਕੂਲ ਰਹੀ, ਸਾਨੂੰ ਫਾਇਦਾ ਕਰਦੀ ਗਈ, ਔਰ ਕਿਹੜੀ ਡਾਇਟ ਬਦਲਣ ਨਾਲ ਸਾਨੂੰ ਬਿਮਾਰੀਆਂ ਲੱਗਣੀਆਂ। ਸੋ ਇਹ ਵਿਸ਼ਾ ਸਾਡਾ ਮੁੱਖ ਵਿਸ਼ਾ ਹੈ। ਇਹਦੇ ਨਾਲ ਦੇ ਨਾਲ ਮੈਂ ਤੁਹਾਨੂੰ ਕੁਛ ਬਿਮਾਰੀਆਂ, ਚੰਦ ਬਿਮਾਰੀਆਂ ਜਿਹੜੀਆਂ ਜ਼ਿਆਦਾ ਪ੍ਰਚਲਿਤ ਬਿਮਾਰੀਆਂ, ਉਹਨਾਂ ਦੇ ਲੱਛਣ ਕੀ ਹੁੰਦੇ ਆ, ਉਹ ਕਿਹੜੇ ਕਾਰਨ ਕਰਕੇ ਬਿਮਾਰੀਆਂ ਹੁੰਦੀਆਂ, ਤਾਂ ਉਹਨਾਂ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ, ਅਤੇ ਜਾਂ ਕਹਿ ਲਓ ਸਾਡੇ ਡਾਕਟਰ ਭਰਾਵਾਂ ਦੇ ਕੀ ਝਮੇਲੇ ਪਾਏ ਹੋਏ ਆ, ਕਿਉਂਕਿ ਸਾਡੀ ਜਿਹੜੀ ਅੱਛੀ ਇਨਫੋਰਮੇਸ਼ਨ ਨੂੰ ਉਹ ਦਬਾ ਦਿੰਦੇ ਆ।
ਜਿਹੜਾ ਇਲਾਜ ਉਹਨਾਂ ਕੋਲ ਹੁੰਦਾ ਜਾਂ ਜਿਹੜਾ ਸਿੰਪਟਮ ਨੂੰ ਠੀਕ ਕਰਨਾ ਹੁੰਦਾ ਉਹ ਅੱਗੇ ਮੂਹਰੇ ਲੈ ਕੇ ਆਉਂਦੇ ਆ, ਤਾਂ ਉਸ ਬਿਮਾਰੀ ਦਾ ਸਾਰਾ ਸਿਸਟਮ ਹੀ ਬਦਲ ਦਿੰਦੇ ਆ ਵੀ ਆਹ ਬਿਮਾਰੀ ਤਾਂ ਇਸ ਕਾਰਨ ਕਰਕੇ ਲੱਗਦੀ ਹੈ, ਉਹ ਵੀ ਡਿਸਕਸ ਕਰਾਂ। ਕੁਛ ਜਿਹੜੇ ਅਸੀਂ ਟੈਸਟ ਕਰਾਉਣੇ ਹੁੰਦੇ ਲੈਬ 'ਚ ਜਾ ਕੇ, ਉਹ ਟੈਸਟ ਹਲਕ ਅਲੱਗ ਅਲੱਗ ਬਿਮਾਰੀ ਦੇ ਅਲੱਗ ਅਲੱਗ ਟੈਸਟ ਆ, ਉਹਦੇ 'ਚੋਂ ਬਹੁਤੇ ਟੈਸਟ ਜਿਹੜੇ ਆ ਉਹ ਕਰਵਾਏ ਨਹੀਂ ਜਾਂਦੇ ਡਾਕਟਰਾਂ ਨੂੰ। ਛੋਟੇ ਮੋਟੇ ਜਿਹੜੇ ਮਿਲਦੇ ਜੁਲਦੇ ਟੈਸਟ ਆ ਉਹ ਕਰਵਾ ਕੇ ਸਾਨੂੰ ਕਹਿ ਦਿੰਦੇ ਆ ਇੱਥੇ ਤੁਹਾਡੀ ਆਹ ਬਿਮਾਰੀ ਇਸ ਕਰਕੇ ਹੈ ਜਾਂ ਤੁਹਾਡਾ ਜਿਹੜਾ ਆਹ ਬਿਮਾਰੀ ਤੁਹਾਨੂੰ ਹੈ ਹੀ ਨਹੀਂ। ਪਰ ਜਦੋਂ ਅਸੀਂ ਜਿਹੜੇ ਅਸਲੀ ਟੈਸਟ ਕਰਵਾਉਣੇ ਆ ਉਹਨਾਂ ਦੇ ਉਦੋਂ ਜਿਹੜਾ ਟੈਸਟ ਦੇ ਵਿੱਚੋਂ ਅਸੀਂ ਚੀਜ਼ ਲੱਭਦੇ ਹਾਂ ਤਾਂ ਫਿਰ ਅਸੀਂ ਅਸਲੀ ਉਹਦਾ ਰੂਟ ਕਾਜ ਬਿਮਾਰੀ ਦਾ ਜਦ ਤੱਕ ਜੜ੍ਹ ਨਹੀਂ ਫੜਦੇ ਤਾਂ ਸਾਨੂੰ ਉਹ ਬਿਮਾਰੀ ਇਲਾਜ ਨਹੀਂ ਕਰ ਸਕਦੇ। ਜੇ ਅਸੀਂ ਡਾਕਟਰਾਂ ਦੀ ਸਲਾਹ ਲੈਂਦੇ ਹਾਂ, ਡਾਕਟਰਾਂ ਨੂੰ ਤੁਸੀਂ ਪੁੱਛੋ ਵੀ ਆਹ ਬਿਮਾਰੀ ਮੈਨੂੰ ਲੱਗੀ ਹੈ ਇਹਦਾ ਕੀ ਕਾਰਨ ਸੀ, ਕਾਰਨ ਦੱਸੋ ਡਾਕਟਰ ਸਾਹਿਬ ਮੈਨੂੰ ਕਾਰਨ ਦੱਸੋ ਬਿਮਾਰੀ ਲੱਗੀ ਕੀ ਹੈ। ਅਤੇ ਜੇ ਕੋਈ ਡਾਕਟਰ ਉਸ ਬਿਮਾਰੀ ਦਾ ਕਾਰਨ ਦੱਸਣ ਲਈ ਅਸਮਰਥ ਹੈ, ਨਹੀਂ ਦੱਸ ਸਕਦਾ, ਤਾਂ ਕੁਰਸੀ ਤੋਂ ਉਠਾਓ, ਉਹ ਤੁਹਾਡਾ ਇਲਾਜ ਵੀ ਨਹੀਂ ਕਰ ਸਕਦਾ। ਸੋ ਇੱਕ ਕਾਰਨ ਲੱਭਣਾ ਬਹੁਤ ਜ਼ਰੂਰੀ ਹੈ, ਇੱਕ ਉਹਦੀ ਜੜ੍ਹ ਤੋਂ ਉਹਨੂੰ ਬਿਮਾਰੀ ਨੂੰ ਖਤਮ ਕਰਨਾ ਜ਼ਰੂਰੀ ਹੈ। ਸਾਨੂੰ ਡਾਕਟਰ ਕੀ ਕਰਦੇ ਆ, ਸਾਰੀ ਉਮਰ ਵਾਸਤੇ ਦਵਾਈ ਲਾ ਦਿੰਦੇ ਆ। ਜੇ ਤੁਹਾਨੂੰ ਮੰਨ ਲਓ ਸ਼ੂਗਰ ਹੋ ਗਈ, ਸਾਰੀ ਉਮਰ ਮੈਟਫਾਰਮਿਨ ਜਾਂ ਹੋਰ ਦਵਾਈਆਂ ਤੁਸੀਂ ਖਾਈ ਜਾਓ, ਵੀ ਜਿੱਥੇ ਕਹੋ ਡਾਕਟਰ ਸਾਹਿਬ ਇਲਾਜ ਕਦੋਂ ਹੋ ਜੂਗਾ, ਬਸ ਸਾਰੀ ਉਮਰ ਖਾਈ ਜਾਓ, ਠੀਕ ਹੈ ਨਾ। ਜੇ ਥਾਇਰਾਇਡ ਦੀ ਬਿਮਾਰੀ ਲੱਗ ਗਈ, ਸਾਰੀ ਉਮਰ ਥਾਇਰਾਇਡ ਦੀ ਬਿਮਾਰੀ ਖਾਓ, ਗੋਲੀਆਂ ਖਾਓ। ਬਲੱਡ ਪ੍ਰੈਸ਼ਰ ਹੋ ਗਿਆ ਤਾਂ ਸਾਰੀ ਉਮਰ ਬਲੱਡ ਪ੍ਰੈਸ਼ਰ ਤੁਸੀਂ ਲਈ ਜਾਓ, ਦਵਾਈਆਂ ਲਈ ਜਾਓ, ਠੀਕ ਹੈ। ਕੀ ਸਾਨੂੰ ਇਹ ਇਲਾਜ ਦਿੰਦੇ ਆ, ਅਸੀਂ ਉਹਦਾ ਇਲਾਜ ਕਰਕੇ ਉਹਨੂੰ ਜੜੋਂ ਖਤਮ ਕਰ ਦਿੰਦੇ ਹਾਂ। ਉਸ ਤੋਂ ਬਾਅਦ ਕਹਿੰਦੇ ਹਾਂ ਹੁਣ ਆਪਣੀ ਜੋ ਡਾਇਟ ਸਾਨੂੰ ਪਰਮਾਤਮਾ ਨੇ ਨੇਚਰ ਨੇ ਸਾਡੇ ਵਾਸਤੇ ਬਣਾਈ ਹੈ, ਹੁਣ ਤੂੰ ਉਹ ਆਪਣੀ ਨੇਚਰ ਵਾਲੀ ਜਿਹੜੀ ਡਾਇਟ ਆ ਖਾਈ ਜਾ, ਬਿਮਾਰੀਆਂ ਤੋਂ ਤੰਦਰੁਸਤ। ਸੋ ਆਪਾਂ ਸ਼ੁਰੂ ਕਰਦੇ ਹਾਂ ਉਹ ਆਪਾਂ, ਫਿਰ ਹੌਲੀ ਆਪਾਂ ਅੱਗੇ ਵੱਧਦੇ ਹਾਂ ਵੀ ਪਹਿਲਾਂ ਡਾਇਟ ਸਾਡੀ ਹੁੰਦੀ ਕੀ ਸੀ। ਅਸੀਂ ਡਾਇਟ ਸੁਣ ਲੈਂਦੇ ਸਾਡੇ ਦਾਦੇ ਦੀ ਪੜਦਾਦੇ ਦੀ, ਬਸ ਇੱਥੋਂ ਤੱਕ ਸੀਮਤ ਹੈ ਸੀ ਵੀ ਜੋ ਉਹ ਖਾਂਦੇ ਸੀ ਤਾਂ ਆਪਾਂ ਉਹ ਖਾ ਲਈਏ। ਮੈਂ ਤੁਹਾਨੂੰ ਹਜ਼ਾਰਾਂ ਸਾਲ ਪਹਿਲਾਂ ਪਿੱਛੇ ਲੈ ਕੇ ਜਾਣਾ ਤਾਂ ਕਿ ਸਾਨੂੰ ਪਤਾ ਲੱਗੇ ਸਾਡੇ ਜਿਹੜੇ ਜੀਨਸ ਆ ਸਾਡੇ ਅੰਦਰ ਬਣੇ ਹੋਏ, ਡੀ ਐੱਨ ਏ ਦੀ ਗੱਲ ਕੀਤੀ ਡਾਕਟਰ ਸਾਹਿਬ ਨੇ, ਉਹ ਡੀ ਐੱਨ ਏ ਜਿਹੜੀ ਬਣੀ ਹੋਈ ਆ ਅੱਜ ਤੋਂ 25-30-50 ਹਜ਼ਾਰ ਸਾਲ ਪਹਿਲਾਂ ਦੀ ਬਣੀ ਹੋਈ ਹੈ, ਉਹ ਉਵੇਂ ਤੁਰੀ ਆ ਰਹੀ ਹੈ। ਜਿਹੜੇ ਫੂਡ ਅਸੀਂ ਉਸ ਟਾਈਮ 'ਤੇ ਖਾਂਦੇ ਸੀ ਜੇ ਉਹ ਖਾਵਾਂਗੇ ਤਾਂ ਸਾਡੀ ਡੀ ਐੱਨ ਏ ਸਾਡੇ ਜੀਨ ਨੇ ਐਕਸੈਪਟ ਕਰ ਲੈਣਾ, ਉਹਨੂੰ ਬੋਡੀ ਨੇ ਕਹਿੰਦਾ ਠੀਕ ਹੈ, ਆਹੀ ਤਾਂ ਅਸੀਂ ਇੰਨੇ ਚਿਰਾਂ ਤੋਂ ਖਾਂਦੇ ਆ ਰਹੇ ਹਾਂ, ਉਹੀ ਚੀਜ਼ ਸਾਡੇ ਹੁਣ ਵੀ ਹਾਜ਼ਰ ਹੋਊਗੀ, ਠੀਕ ਹੈ। ਸੋ ਆਪਾਂ ਸ਼ੁਰੂ ਤੋਂ ਦੇਖੀਏ ਕੀ ਸੀ ਅਸੀਂ, ਜਦੋਂ ਬੰਦਰਾਂ ਤੋਂ ਅਸੀਂ ਮਨੁੱਖ ਬਣੇ ਉਦੋਂ ਤੋਂ ਲੈ ਕੇ ਚੱਲਣਾ ਆਪਾਂ, ਉਦੋਂ ਮਨੁੱਖ ਬਣ ਗਿਆ ਉਦੋਂ ਸਾਡੀ ਡਾਇਟ ਕੀ ਸੀ, ਤਾਂ ਉਦੋਂ ਸਭ ਦੀ ਪਹਿਲੀ ਡਾਇਟ ਸਾਡੀ ਇਹ ਸੀ ਅਸੀਂ ਵੈਜੀਟੇਬਲ ਅਤੇ ਫਰੂਟਸ ਸਬਜ਼ੀਆਂ ਅਤੇ ਫਲ ਹੀ ਖਾਂਦੇ ਸੀ, ਇਹ ਸਾਡੀ ਮੁੱਢਲੀ ਡਾਇਟ ਹੈ। ਤੁਸੀਂ ਸਬਜ਼ੀਆਂ ਖਾਓ ਫਲ ਖਾਓ ਕਦੇ ਬਿਮਾਰ ਨਹੀਂ ਹੋਊਗੀ, ਸਾਡੀ ਬੋਡੀ ਇਹਨਾਂ ਨੂੰ ਐਕਸੈਪਟ ਕਰਦੀ ਹੈ। ਸਾਡੇ ਅੰਦਰ ਜਿਹੜੇ ਐਨਜ਼ਾਈਮ ਹੈ ਸਾਡੀ ਬੋਡੀ ਦੇ ਵਿੱਚ ਅਸੀਂ ਉਹਨਾਂ ਨੂੰ ਜ਼ਿਆਦਾ ਨਹੀਂ ਵਰਤਣਾ, ਜੇ ਐਨਜ਼ਾਈਮ ਜ਼ਿਆਦਾ ਵਰਤਾਂਗੇ ਪੈਂਕਰੀਆ ਦਾ ਸਾਡਾ ਆਰਗਨ ਹੁੰਦਾ ਉਹ ਐਨਜ਼ਾਈਮ ਬਣਾਉਂਦਾ ਹੈ ਤਾਂ ਪੈਂਕਰੀਆ 'ਤੇ ਬੋਝ ਨਹੀਂ ਪਾਉਣਾ। ਅਤੇ ਜੇ ਹੁਣ ਵੈਜੀਟੇਬਲ ਦੱਸਿਆ ਹੈ ਜਾਂ ਫਰੂਟਸ ਦੱਸਿਆ ਹੈ ਇਹ ਕਿਉਂ ਚੰਗੇ ਹੈ, ਕਿਉਂਕਿ ਇਹਨਾਂ ਦੇ ਵਿੱਚ ਐਨਜ਼ਾਈਮ ਪਹਿਲਾਂ ਹੀ ਹੁੰਦੇ ਬਣੇ ਬਣਾਏ, ਜਿਹੜੇ ਐਨਜ਼ਾਈਮ ਨੇ ਸਾਡਾ ਇਹ ਫੂਡ ਨੂੰ ਹਜ਼ਮ ਕਰਨਾ ਹੈ ਉਹਦੇ ਵਿੱਚ ਹੀ ਆਉਂਦੇ ਆ ਪਿੱਛੋਂ ਬਣੇ ਬਣਾਏ, ਸਾਡੀ ਬੋਡੀ 'ਤੇ ਬੋਝ ਹੀ ਨਹੀਂ ਪੈਣਾ।
ਸੋ ਜਿਹੜੇ ਵੈਜੀਟੇਬਲ ਫਰੂਟਸ ਆ ਕਿੰਨੇ ਮਰਜ਼ੀ ਖਾਓ ਇਹਨਾਂ ਦਾ ਕੋਈ ਪ੍ਰੋਬਲਮ ਨਹੀਂ ਸੀ, ਇਹ ਸਾਡੀ ਮੁੱਢਲੀ ਖੁਰਾਕ ਰਹੀ ਹੈ। ਜੰਗਲਾਂ ਵਿੱਚ ਵੀ ਜਦੋਂ ਅਸੀਂ ਰਹਿੰਦੇ ਸੀ ਉੱਥੇ ਵੀ ਅਸੀਂ ਫਰੂਟਸ ਹੀ ਖਾਂਦੇ ਸੀ। ਅੰਗਰੇਜ਼ੀ ਦਾ ਇੱਕ ਲਫ਼ਜ਼ ਹੈ, ਵੀ ਵਰ ਹੰਟਰਸ ਐਂਡ ਗੈਦਰਸ, ਦੋ ਟਰਮ ਹੈ। ਗੈਦਰਸ ਦਾ ਮਤਲਬ ਅਸੀਂ ਕੁਲੈਕਟ ਕਰਕੇ ਇਕੱਠੇ ਕਰਕੇ ਫਲ ਫਰੂਟ ਅਸੀਂ ਜਿੱਥੇ ਵੀ ਮਿਲਣਾ ਗੈਦਰ ਕਰਕੇ ਅਸੀਂ ਉਂਝ ਹੀ ਖਾਂਦੇ ਸੀ ਵਿਦਾਊਟ ਕੁਕਿੰਗ, ਕੁੱਕ ਨਹੀਂ ਸੀ ਕਰਦੇ। ਕੁਕਿੰਗ ਤਾਂ ਬਾਅਦ ਦੇਰ ਤੋਂ ਬਾਅਦ ਸ਼ੁਰੂ ਹੋਈ ਹੈ ਖਾਣਾ ਪਕਾਉਣਾ। ਦੂਸਰੀ ਟਰਮ ਮੈਂ ਦੱਸਿਆ ਸੀ ਹੰਟਰਸ ਰਹੇ ਆ ਬਹੁਤ ਚਿਰ, ਅਸੀਂ ਸ਼ਿਕਾਰੀ ਮੀਟ ਖਾਂਦੇ ਰਹੇ ਕੁਛ ਟਾਈਮ ਤਾਂ ਪਹਿਲਾਂ, ਜਦੋਂ ਸਾਨੂੰ ਸਬਜ਼ੀਆਂ ਫਲ ਨਹੀਂ ਮਿਲਦੇ ਸੀਗੇ, ਤੋੜਾ ਪੈ ਜਾਣਾ, ਫਲ ਵੀ ਘੱਟ ਲੱਗਣੇ, ਤਾਂ ਫਿਰ ਅਸੀਂ ਕੀ ਕੀਤਾ, ਅਸੀਂ ਕਿਹਾ ਵੀ ਮਰਨ ਨਾਲੋਂ, ਜਿਹੜੇ ਸਾਡੇ ਵੱਡੇ ਇੰਸੈਸਟਰ ਸੀ, ਮਰਨ ਨਾਲੋਂ ਚੰਗਾ ਵੀ ਕੋਈ ਐਸਾ ਹੋਰ ਸਾਧਨ ਲੱਭੀਏ, ਅਸੀਂ ਸਰਵਾਈਵ ਤਾਂ ਰਹਿ ਸਕੀਏ। ਤਾਂ ਅਸੀਂ ਕੀ ਕਰਨਾ ਸੀ, ਜਿਹੜੇ ਅਸੀਂ ਸ਼ਿਕਾਰ ਨਹੀਂ ਸੀ ਕਰ ਸਕਦੇ ਉਹਨਾਂ ਟਾਈਮਾਂ 'ਚ, ਹੁਣ ਤਾਂ ਸਾਡੇ ਹਥਿਆਰ ਬਣਾ ਲਏ, ਬਾਅਦ 'ਚ ਤਾਂ ਤੀਰ ਬਣਾ ਲਏ, ਹੋਰ ਚੀਜ਼ਾਂ ਬਣ ਗਈਆਂ, ਉਸ ਤੋਂ ਪਹਿਲਾਂ ਦੀ ਗੱਲ ਕਰਦਾ ਜਦੋਂ ਅਸੀਂ ਸ਼ੁਰੂ ਕੀਤਾ ਮੀਟ ਖਾਣਾ। ਤਾਂ ਅਸੀਂ ਕੀ ਕਰਨਾ ਕਿ ਸ਼ੇਰ ਨੇ ਕੋਈ ਮੀਟ ਮਾਰ ਲਿਆ ਕੋਈ ਚੀਜ਼, ਤਾਂ ਉਹਨੇ ਜਿਹੜਾ ਭੰਬਾ ਨੰਬਰ ਛੱਡ ਜਾਂਦਾ ਸੀ ਰੱਜ ਕੇ, ਜਾਂ ਹੋਰ ਜਾਨਵਰ ਨੇ ਮੀਟ ਮਾਰ ਲਿਆ ਸੀ, ਜਿਹੜਾ ਲੈਫਟ ਓਵਰ ਕਹਿੰਦੇ ਅਸੀਂ, ਜਿਹੜਾ ਬਕਾਇਆ ਬਚ ਕੇ ਛੱਡ ਗਿਆ, ਅਸੀਂ ਉਹ ਹੀ ਚੱਕ ਕੇ ਉਸੇ ਨੂੰ ਖਾਣ ਲੱਗ ਜਾਂਦੇ ਸੀ, ਕਿਉਂਕਿ ਪੇਟ ਤਾਂ ਭਰਨਾ ਸੀ। ਅਤੇ ਜਦੋਂ ਸਾਨੂੰ ਮੀਟ ਦਾ ਸਵਾਦ ਵਧੀਆ ਆਉਣ ਲੱਗ ਗਿਆ, ਮੀਟ ਦੇ ਨਾਲ ਐਨਰਜੀ ਜ਼ਿਆਦਾ ਆਉਣ ਲੱਗ ਗਈ, ਥੋੜ੍ਹਾ ਮੀਟ ਖਾ ਕੇ ਅਸੀਂ ਜ਼ਿਆਦਾ ਦੇਰ ਤੱਕ ਜਿਹਨੂੰ ਕਹਿੰਦੇ ਇੰਡਿਓਰੈਂਸ ਸਾਡੇ 'ਚ ਆ ਗਈ, ਸਟੈਮਿਨਾ ਸਾਡੇ 'ਚ ਵੱਧ ਗਿਆ, ਅਸੀਂ ਭੱਜਣ ਲੱਗ ਗਏ, ਬੜੀ ਦੂਰ ਦੂਰ ਤੱਕ ਅਸੀਂ ਭੱਜ ਕੇ ਜਾ ਕੇ ਫਿਰ ਅਸੀਂ ਸ਼ਿਕਾਰ ਮਾਰ ਲੈਣਾ। ਪਹਿਲਾਂ ਜਦੋਂ ਫਲ ਫਰੂਟ ਖਾਂਦੇ ਸੀ ਉਦੋਂ ਸਾਨੂੰ ਭੱਜਣ ਦੀ ਲੋੜ ਨਹੀਂ ਸੀ, ਆਰਾਮ ਨਾਲ ਹੌਲੀ 'ਚ ਜਾਣਾ, ਜਿੱਥੋਂ ਵੀ ਜੰਗਲਾਂ 'ਚ ਮਿਲਣੀ ਅਸੀਂ ਖਾ ਲੈਣੀ। ਅਤੇ ਜਦੋਂ ਅਸੀਂ ਮੀਟ ਖਾਣ ਲੱਗ ਗਏ ਸਾਡੇ 'ਚ ਤਾਕਤ ਇੰਨੀ ਆ ਗਈ, ਸਾਡਾ ਦਿਮਾਗ ਵਧਣ ਲੱਗ ਗਿਆ ਉਸ ਟਾਈਮ 'ਤੇ, ਅਤੇ ਇੰਨਾ ਅਸੀਂ ਕਰਨਾ ਵੀ ਇੰਨੀ ਐਨਰਜੀ ਆਉਣੀ, ਸਾਰਾ ਦਿਨ ਭੱਜ ਭੱਜ ਕੇ ਸ਼ਿਕਾਰ ਮਾਰੀ ਜਾਣਾ, ਜਿੱਥੋਂ ਮਿਲਣਾ ਸ਼ਿਕਾਰ ਦੇ ਮਗਰ ਪੈਣਾ, ਹੱਥ ਜੋ ਤੀਰ ਆ ਗਿਆ ਬਖਸ਼ ਆ ਗਿਆ ਉਹ ਭੱਜ ਕੇ ਮਾਰ ਕੇ ਮਾਰ ਲੈਂਦੇ ਸੀ। ਅਤੇ ਉਹ ਵੀ ਇੱਕ ਦੌਰ ਚੱਲਿਆ ਸਰ, ਉਹਦੇ ਨਾਲ ਦੋ ਚੀਜ਼ਾਂ ਹੋ ਗਈਆਂ ਮੀਟ ਜਦੋਂ ਅਸੀਂ ਖਾਂਦੇ ਸੀ, ਇੱਕ ਤਾਂ ਚੰਗੀ ਚੀਜ਼ ਹੋਈ ਉਸ ਟਾਈਮ 'ਤੇ, ਚੰਗੀ ਕੀ ਹੋਇਆ ਕਿ ਸਾਡਾ ਦਿਮਾਗ ਵੱਧ ਗਿਆ। ਹੁਣ ਆਪਾਂ ਜੇ ਅੱਜ ਸੋਚੀਏ ਵੀ ਜੇ ਮੀਟ ਖਾ ਕੇ ਸਾਡਾ ਦਿਮਾਗ ਵਧੂ, ਚੰਗਾ ਹੁਣ ਨਹੀਂ ਸਾਨੂੰ ਖਾਣ ਦੀ ਲੋੜ, ਉਸ ਸਮੇਂ ਦੇ ਵਿੱਚ ਦਿਮਾਗ ਜਿੰਨਾ ਵਧਾਉਣਾ ਸੀ ਅਸੀਂ ਵਧਾ ਲਿਆ, ਇਦੋਂ ਬਾਅਦ ਮੀਟ ਨੇ ਹੁਣ ਦਿਮਾਗ ਨਹੀਂ ਵਧਾਉਣਾ, ਪਰ ਉਹਦੇ ਨਾਲ ਇੱਕ ਮਾੜੀ ਗੱਲ ਹੋਈ ਹੈ ਮੀਟ ਖਾਣਾ, ਇਸ ਕਰਕੇ ਮੈਂ ਹੁਣ ਮੀਟ ਖਾਣਾ ਤੁਹਾਨੂੰ ਵਰਜਿਤ ਕਰਕੇ ਜਾਊਂਗਾ। ਜਿਹੜਾ ਸਾਡੀ ਲਾਈਫ ਸਪੈਨ ਆ, ਉਮਰ ਸੀ ਸਾਡੀ, ਉਹ ਸਾਡੀ ਉਮਰ ਘੱਟ ਗਈ ਜਦੋਂ ਅਸੀਂ ਮੀਟ ਖਾਣ ਲੱਗ ਗਏ, ਫਿਰ ਅਸੀਂ ਡਿਵਾਟ ਕੀਤਾ ਆਪਣਾ ਇਸ ਚੀਜ਼ ਨੂੰ, ਫਿਰ ਅਸੀਂ ਅਸਲੀ ਡਾਇਟ 'ਤੇ ਆਏ, ਵੈਜੀਟੇਰੀਅਨ ਡਾਇਟ। ਸੋ ਜੇ ਅੱਜ ਤੁਸੀਂ ਮੇਰੇ ਤੋਂ ਪੁੱਛੋ ਵੀ ਵੈਜੀਟੇਰੀਅਨ ਡਾਇਟ ਚੰਗੀ ਹੈ ਜਾਂ ਨੌਨ ਵੈਜ ਚੰਗਾ, ਮੀਟ ਖਾਣਾ ਚੰਗਾ, ਤਾਂ ਮੈਂ ਕਹੂੰਗਾ ਵੈਜੀਟੇਰੀਅਨ ਡਾਇਟ ਚੰਗੀ। ਐਕਚੁਅਲੀ ਸਾਡਾ ਪੂਰਾ ਹਿੰਦੁਸਤਾਨ ਹੀ ਵੈਜੀਟੇਰੀਅਨ ਹੈ, ਤੁਹਾਨੂੰ ਮੈਂ ਦੱਸਾਂ, ਅਸੀਂ ਆਪਣੇ ਆਪ ਨੂੰ ਜਿਵੇਂ ਕਹਿੰਦੇ ਨਾ ਮੁੱਛਾਂ ਦੇ ਹੱਥ ਮਾਰਦੇ ਹਾਂ, ਜਦੋਂ ਤੁਸੀਂ ਮਾੜਾ ਮਾੜਾ ਕਦੇ ਚਿਕਨ ਖਾ ਲੈਂਦੇ ਹਾਂ, ਹੈ ਨਾ, ਅਸੀਂ ਕਹਿੰਦੇ ਆਹ ਬਹੁਤ ਵਧੀਆ ਮੀਟ ਖਾਂਦਾ ਜੀ। ਮੀਟ ਤਾਂ ਉਹ ਲੋਕ ਖਾਂਦੇ ਆ ਅੰਗਰੇਜ਼, ਜਿਹੜੇ ਸੁਬਹਾ ਦੁਪਹਿਰੇ ਸ਼ਾਮ ਤਿੰਨ ਟਾਈਮ ਖਾਣਾ ਖਾਂਦੇ ਆ, ਔਰ ਤਿੰਨ ਟਾਈਮ ਉਹਨਾਂ ਨੇ ਮੀਟ ਹੀ ਖਾਣਾ। ਅਸੀਂ ਮਹੀਨੇ 'ਚ ਇੱਕ ਵਾਰੀ ਖਾ ਲਿਆ, ਦੋ ਵਾਰੀ ਖਾ ਲਿਆ, ਅਸੀਂ ਤਾਂ ਵੈਜੀਟੇਰੀਅਨ ਹਾਂ, ਅਜੇ ਵੀ ਵੈਜੀਟੇਰੀਅਨ। ਸੋ ਨੌਨ ਵੈਜ ਉਹ ਲੋਕ ਆ ਜਿਹੜੇ ਮੀਟ ਤੋਂ ਬਗੈਰ ਕੋਈ ਆਪਦਾ ਖਾਣਾ
ਉਹ ਸੰਪੂਰਨ ਨਹੀਂ ਸਮਝਦੇ, ਕਹਿੰਦੇ ਅੱਜ ਸਾਡਾ ਖਾਣਾ ਪੂਰਾ ਹੋਇਆ ਨਹੀਂ, ਮੀਟ ਖਾਣੇ ਖਾਣੇ। ਚਲੋ ਆਪਾਂ ਨੂੰ ਅੱਗੇ ਵਧੀਆ, 10,000 ਸਾਲ ਪਹਿਲਾਂ ਖੇਤੀਬਾੜੀ ਸ਼ੁਰੂ ਹੋਈ ਹੈ ਐਗਰੀਕਲਚਰ ਦਾ ਈਰਾ, ਉਦੋਂ ਅਸੀਂ ਖੇਤੀਬਾੜੀ ਸ਼ੁਰੂ ਕੀਤੀ, ਉਦੋਂ ਦਾਣੇ ਬੀਜਣੇ ਸ਼ੁਰੂ ਕੀਤੇ, ਕਣਕ ਜਵਾਰ ਬਾਜਰਾ ਉਦੋਂ ਬਾਅਦ ਇਹ ਪਹਿਲਾਂ ਬੀਜਣੇ ਸ਼ੁਰੂ ਕੀਤਾ, ਉਦੋਂ ਪਹਿਲਾਂ ਅਸੀਂ ਦਾਣੇ ਨਹੀਂ ਸੀ ਖਾਂਦੇ। ਅਤੇ ਬਿਮਾਰੀਆਂ ਕਦੋਂ ਸ਼ੁਰੂ ਹੋਈਆਂ? ਜਦੋਂ ਖੇਤੀਬਾੜੀ ਕਰਨੀ ਸ਼ੁਰੂ ਕਰਦੀ, ਜਦੋਂ ਦਾਣੇ ਉਗਾਉਣੇ ਸ਼ੁਰੂ ਕਰ। ਦਾਣੇ ਕਿਹਦਾ ਭੋਜਨ ਹੈ? ਤੁਸੀਂ ਘਬਰਾਇਓ ਨਾ, ਤੁਹਾਨੂੰ ਮੈਂ ਸਹੀ ਤਰੀਕੇ ਨਾਲ ਸਮਝਾ ਕੇ ਜਾਊਂਗਾ। ਇਹ ਨਾ ਸਮਝੋ ਵੀ ਹੁਣ ਤਾਂ ਸਾਡਾ ਸਾਰਾ ਖਾਣਾ ਦਾਣਾ ਬੰਦ ਕਰ ਦੇਣਾ, ਸਾਰੀ ਚੀਜ਼ਾਂ ਖਵਾਵਾਂਗਾ, ਪਰ ਉਹ ਤਰੀਕਾ ਸਮਝਾਊਂਗਾ ਕਿਸ ਤਰੀਕੇ ਨਾਲ ਖਾਣੀ ਹੈ, ਠੀਕ ਹੈ? ਤਾਂ ਦਾਣੇ ਕਿਹਦਾ ਭੋਜਨ ਹੈ? ਦਾਣੇ ਸਾਡਾ ਭੋਜਨ ਨਹੀਂ, ਨੇਚਰ ਨੇ, ਕੁਦਰਤ ਨੇ ਦਾਣੇ ਖਾਣਾ, ਅਨਾਜ ਖਾਣਾ, ਰੋਟੀਆਂ ਖਾਣਾ ਜਿਹੜਾ ਉਹ ਸਾਡਾ ਵਾਸਤੇ ਨਹੀਂ ਦਿੱਤੀ ਜਾਂਦੀ। ਫਿਰ ਤੁਸੀਂ ਪੁੱਛੋ ਵੀ ਕਿਹਨੂੰ, ਕੌਣ ਖਾਂਦਾ ਹੈ ਦਾਣੇ? ਦਾਣੇ ਖਾਂਦੀਆਂ ਚਿੜੀਆਂ, ਤੋਤੇ, ਕਬੂਤਰ, ਪੰਛੀਆਂ ਵਾਸਤੇ ਦਾਣਾ ਬਣਿਆ, ਚੂਹਿਆਂ ਵਾਸਤੇ ਦਾਣਾ ਬਣਿਆ, ਇਹ ਉਹਨਾਂ ਦਾ ਭੋਜਨ ਹੈ, ਸਾਡਾ ਭੋਜਨ ਨਹੀਂ। ਪਰ ਹੁਣ ਅਸੀਂ ਕਹਿੰਦੇ ਹਾਂ ਵੀ ਅਸੀਂ ਸਰਵਾਈਵ ਵੀ ਤਾਂ ਕੀਤਾ, ਅਸੀਂ ਦਾਣੇ ਖਾਂਦੇ ਖਾ ਕੇ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਦਾਣੇ ਨਾ ਖਾਵਾਂਗੇ ਤਾਂ ਫਿਰ ਅਸੀਂ ਖਾਵਾਂਗੇ ਕੀ? ਠੀਕ ਹੈ, ਦਾਣੇ ਦੇ ਵਿੱਚ ਕੀ ਹੈ ਹੁਣ ਤੁਹਾਨੂੰ ਮੈਂ ਦੱਸਦਾ, ਦਾਣੇ ਦਾ ਚੱਕਰ ਕੀ ਹੈ? ਦਾਣੇ ਖਾਣ ਦੇ ਵਿੱਚ, ਦਾਣੇ ਦੇ ਵਿੱਚ ਕੁਛ ਕੈਮੀਕਲ ਰਸਾਇਣ ਹੁੰਦੇ ਆ ਜਿਹੜੇ ਕਿ ਸਾਡੀ ਬੋਡੀ ਨੂੰ ਨੁਕਸਾਨ ਪਹੁੰਚਾਉਂਦੇ ਆ। ਦਾਣੇ ਹੈ ਕੀ ਹੈ? ਇਹ ਪੌਦਿਆਂ ਦਾ, ਉਹਦੀ ਨੈਕਸਟ ਜਨਰੇਸ਼ਨ, ਅਗਲੀ ਪੀੜ੍ਹੀ ਪੈਦਾ ਕਰਨ ਵਾਸਤੇ ਪੌਦਿਆਂ ਦੇ ਬੇਬੀ ਹੈ, ਬੱਚੇ ਹੈ ਦਾਣੇ, ਬੀਜ, ਇਹ ਬੀਜ ਆ। ਬੀਜ ਦਾ ਮਤਲਬ ਅਗਲੀ ਜਨਰੇਸ਼ਨ ਪੈਦਾ ਕਰਨੀ ਹੈ ਉਹਨਾਂ ਨੇ। ਦਾਣੇ ਜਿਹੜਾ ਪੌਦਾ ਬਣਾਉਂਦਾ ਤੁਹਾਡੇ ਵਾਸਤੇ ਨਹੀਂ ਬਣਾਉਂਦਾ। ਅਸੀਂ ਸੋਚਦੇ ਹਾਂ ਪਰ ਪਰਮਾਤਮਾ ਨੇ ਸਾਨੂੰ ਦਾਣੇ ਬਣਾ ਕੇ ਦਿੱਤੇ ਸਾਡੇ ਖਾਣ ਵਾਸਤੇ, ਇਹ ਤਾਂ ਪਰਮਾਤਮਾ ਨੇ ਦਿੱਤੇ ਆ, ਪਰਮਾਤਮਾ ਕੋਈ ਨਹੀਂ ਦਾਣੇ ਦਿੰਦਾ ਕਿਸੇ ਨੂੰ। ਦਾਣੇ ਅਸੀਂ ਖਾਣ ਦਾ ਤਰੀਕਾ ਬਣਾਉਣ ਸਮਝਾਉਣਾ ਤੁਹਾਨੂੰ, ਦਾਣੇ ਕਿਵੇਂ ਖਾਣ ਲੱਗੇ ਆ ਅਤੇ ਕਿਵੇਂ ਖਾਣੇ ਚਾਹੀਦੇ ਆ। ਅਤੇ ਜਦੋਂ ਇਹ ਜਿਹੜੇ ਪੌਦੇ ਆ ਦਾਣੇ ਬਣਾਉਂਦੇ ਆ ਤਾਂ ਇਹ ਜਦੋਂ ਦਾਣਾ ਪੱਕਦਾ ਤਾਂ ਉਹਦੇ ਵਿੱਚ ਇੱਕ ਰਸਾਇਣ ਪਾ ਦਿੰਦੇ ਆ, ਅੰਗਰੇਜ਼ੀ 'ਚ ਉਹਨੂੰ ਲੈਕਟੀਨ ਕਹਿੰਦੇ ਆ, ਉਹ ਕੈਮੀਕਲੀ ਪੋਇਜ਼ਨ ਹੈ, ਤਾਂ ਕਿ ਉਹਨੂੰ ਜਿਹੜੇ ਛੋਟੇ ਜੀਵ ਜੰਤੂ ਖਾਂਦੇ ਸੀ, ਕੀੜੇ ਖਾਂਦੇ ਸੀ, ਤਾਂ ਜਦੋਂ ਦਾਣੇ ਖਾਂਦੇ ਸੀ ਉਹ ਕੀੜੇ ਜਿਹੜੇ ਸੀ ਉੱਥੇ ਪੈਰਾਲਾਈਸਿਸ ਹੋ ਗਏ, ਉੱਥੇ ਵੀ ਮਰਦੇ, ਕਿਉਂਕਿ ਉਹ ਚਾਹੁੰਦੇ ਨਹੀਂ ਸੀ ਵੀ ਸਾਡੇ ਜਿਹੜੇ ਦਾਣੇ ਆ, ਸਾਡੇ ਬੇਬੀ ਆ, ਇਹਨੂੰ ਕੋਈ ਬੇਬੀ ਨੂੰ ਕੋਈ ਖਾਵੇ, ਸਾਡੇ ਤੂੰ ਬੱਚੇ ਨੂੰ ਵੀ ਹੱਥ ਲਾ ਕੇ ਦਿਖਾਵੋ, ਸਾਡੀ ਜਿਹੜੀ ਮਾਤਾ ਬੱਚੇ ਦੀ ਉਹਨੂੰ ਟੱਚ ਨਹੀਂ ਕਰਨ ਦਿਓ ਕਿ ਬਾਹਰਲਾ ਬੰਦਾ ਆ ਗਿਆ ਵੀ ਉਹਨੂੰ ਜਾਂ ਮਾਰਨ ਨਹੀਂ ਦਿਓ। ਸੇਮ ਚੀਜ਼ ਪੌਦੇ, ਪੌਦਿਆਂ ਵਿੱਚ ਵੀ ਬ੍ਰੇਨ ਹੈ, ਉਹਨਾਂ ਨੇ ਵੀ ਕੈਮੀਕਲ ਪਾਏ ਆਪਣੇ ਨੂੰ ਬਚਾਉਣ ਵਾਸਤੇ। ਉਹ ਕਹਿੰਦੇ ਸਾਡੀ ਅਗਲੀ ਜਨਰੇਸ਼ਨ ਤਾਂ ਹੀ ਚੱਲੂਗੀ ਜੇ ਸਾਡਾ ਦਾਣਾ ਕੋਈ ਨਾ ਖਾਊਗਾ। ਅਲਸੀ ਦੇ ਤੇਲ ਦੇ ਵਿੱਚ ਇੱਕ ਤੇਲ ਹੁੰਦਾ ਕਿੰਨੇ ਸੀ, ਓਮੇਗਾ 3, ਜੇ ਫਿਸ਼ ਆਇਲ ਦੇ ਵਿੱਚ ਹੁੰਦਾ ਮੱਛੀ ਦੇ ਤੇਲ 'ਚ, ਇਹ ਇੰਨਾ ਨਾਜ਼ੁਕ ਤੇਲ ਹੈ, ਇਹਨੂੰ ਤਾਂ ਤੁਸੀਂ ਗਰਮ ਤਾਂ ਕਰ ਦੀ ਦੂਰ ਦੀ ਗੱਲ ਆ, ਥੋੜ੍ਹਾ ਜਿਹਾ ਕੌਲੀ ਜਿਹੀ ਪਾ ਕੇ ਰੱਖ ਦਿਓ 10 ਮਿੰਟ, 10 ਮਿੰਟ ਕਾਫੀ ਹੈ ਇਹਨੂੰ ਖਰਾਬ ਹੋਣ 'ਚ, ਜਿਹਨੂੰ ਕਹਿੰਦੇ ਅੰਗਰੇਜ਼ੀ 'ਚ ਉਹੀ ਓਕਸੀਡਾਈਜ਼ ਹੋਣ 'ਚ 10 ਮਿੰਟ ਕਾਫੀ ਹੈ। ਅਤੇ ਫਿਰ ਅਸੀਂ ਕੀ ਕਰਦੇ ਹਾਂ, ਜਦੋਂ ਪਿੰਨੀਆਂ ਬਣਾਉਂਦੇ ਹਾਂ ਗਰਮ ਗਰਮ ਸਾਡੀ ਪਿੰਨੀਆਂ ਦੇ ਵਿੱਚ ਉਹਨੂੰ ਪਾਉਂਦੇ ਹਾਂ, ਫਿਰ ਮਹੀਨਾ 2 ਮਹੀਨਾ ਤੱਕ ਤਾਂ ਸਾਡੀਆਂ ਅਸੀਂ ਇੰਨਾ ਕੁ ਗੱਫਾ ਬਣਾ ਕੇ ਰੱਖਦੇ ਹਾਂ ਨਾ ਵੀ ਕਾਫੀ ਚਿਰ ਚੱਲ ਜਾਵੇ, ਤਾਂ 2 ਮਹੀਨੇ ਵਿੱਚ ਤਾਂ ਜਿਹੜਾ ਉਹ ਨਾ ਜਿਹੜੀ ਪਿੰਨੀਆਂ 'ਚ ਅਲਸੀ ਪਾਈ ਸੀ ਟੋਟਲੀ ਪੋਇਜ਼ਨ, ਜ਼ਹਿਰੀਲੀ ਬਣ ਜਾਂਦੀ। ਸੋ ਦੋਸਤੋ ਭੈਣੋ,
ਅਲਸੀ ਦੀਆਂ ਪਿੰਨੀਆਂ ਨਾ ਬਣਾਓ, ਹੋਰ ਕੋਈ ਚੀਜ਼ਾਂ ਦੀ ਪਿੰਨੀ ਖਾ ਲਿਓ। ਅਲਸੀ ਨਹੀਂ ਬਣਾਈ ਸਕਦੀ, ਅਲਸੀ ਦਾ ਤੁਸੀਂ ਵਰਤ ਹੀ ਨਹੀਂ ਸਕਦੇ। ਅਲਸੀ ਦਾ ਜਿਹੜਾ ਤੇਲ ਆ ਨਾ, ਜਿਹੜੇ ਲੋਕਾਂ ਨੂੰ ਮੈਂ ਕਦੇ ਰਿਕਮੈਂਡ ਵੀ ਕਰਦਾ ਤੇਲ, ਉਹ ਵੀ ਉਹਨੂੰ ਕਿਹਾ ਜਾਂਦਾ। ਛੋਟੀ ਤੋਂ ਛੋਟੀ ਬੋਤਲ ਲੈ ਕੇ ਆਉਂਦੀ ਹੈ, 100 ਗ੍ਰਾਮ ਤੋਂ ਵੱਧ ਨਾ ਲਿਆਓ। ਜਦੋਂ 100 ਗ੍ਰਾਮ ਦੀ ਖਤਮ ਹੋਊਗੀ ਫਿਰ ਹੋਰ ਲਿਆਓ, ਕਿਉਂਕਿ ਜ਼ਿਆਦਾ ਦੇਰ ਰਹੂਗੀ ਫਿਰ। ਅੱਗੇ ਤੁਸੀਂ ਮਹੀਨਾ ਲਾਤਾ 100 ਗ੍ਰਾਮ ਆਪਣਾ ਪੀਣ ਵਾਸਤੇ, ਤਾਂ ਉਦੋਂ ਤਾਂ ਜ਼ਹਿਰ ਬਣ ਜੂ। ਔਰ 100 ਗ੍ਰਾਮ ਵਾਲੀ ਆ ਉਹਨੂੰ ਵੀ ਅਸੀਂ ਕਹਿੰਦੇ ਉਹਨੂੰ ਸੋਧ ਲਓ, ਹੁਣੇ ਬਚਾ ਲਓ ਉਹਨਾਂ ਨੂੰ ਆਕਸੀਡਾਈਜ਼ ਹੋਣ ਤੋਂ। ਤਾਂ ਅਸੀਂ ਕੀ ਕਰਦੇ ਹਾਂ, ਉਹਦੇ 'ਚ ਵਿਟਾਮਿਨ ਈ ਦੇ ਕੈਪਸੂਲ ਆਉਂਦੇ ਛੋਟੇ ਛੋਟੇ, ਉਹਦੇ 'ਚ ਪੈਨ ਮਰਵਾ ਕੇ, ਪੈਨ ਮਾਰ ਕੇ ਉਹਦੇ ਡਰੋਪ ਅਲਸੀ ਦੇ ਤੇਲ ਵਿੱਚ ਪਵਾ ਦਿੰਦੇ ਹਾਂ, ਤਾਂ ਕਿ ਆਕਸੀਡਾਈਜ਼ ਹੋਣ ਤੋਂ ਪਹਿਲਾਂ ਹੀ ਵਿਟਾਮਿਨ ਈ ਉਹਨੂੰ ਠੀਕ ਕਰ ਲੈਂਦਾ। ਫਿਰ ਜਾ ਕੇ ਤੇਲ ਨੂੰ ਅਸੀਂ ਸੰਭਾਲ ਕੇ ਫਰਿੱਜ 'ਚ ਰੱਖਣ ਵਾਸਤੇ ਕਹਿੰਦੇ, ਬਾਹਰ ਰੱਖੋਗੇ ਖਰਾਬ ਹੋ ਜਾਂਦਾ। ਅਤੇ ਸਾਡੀਆਂ ਪਿੰਨੀਆਂ ਤਾਂ ਸਾਰਾ ਦਿਨ ਬਾਹਰ ਹੀ ਪਈਆਂ ਰਹਿੰਦੀਆਂ, ਤੁਸੀਂ ਪਾਣੀ ਠੀਕ ਹੈ, ਪਲੀਜ਼ ਇਹ ਤੋਂ ਅਵੋਇਡ ਕਰੋ। ਸਾਰੀਆਂ ਪੈਨਾਂ ਨੂੰ ਕਹਿੰਦਾ ਹੋਰ ਚੀਜ਼ਾਂ ਦੀਆਂ ਪਿੰਨੀਆਂ ਖਾ ਲਓ, ਇਹ ਨਹੀਂ ਖਾਣੀ। ਕੁਛ ਜਿਹੜੀਆਂ ਸਾਡੇ ਜ਼ਹਿਰੀਲੀਆਂ ਚੀਜ਼ਾਂ ਦੇ ਬਾਅਦ ਲਾਸਟ ਕੁਐਸਚਨ ਮੇਰਾ ਰਹਿ ਗਿਆ, ਫਿਰ ਉਸ ਤੋਂ ਬਾਅਦ ਇੱਕ ਦੋ ਬਿਮਾਰੀਆਂ ਬਾਰੇ ਤੁਹਾਨੂੰ ਦੱਸ ਦੂੰਗਾ। ਕੁਛ ਚੀਜ਼ਾਂ ਜਿਹੜੀ ਪੈਸਟੀਸਾਈਡ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਆਪਾਂ ਜ਼ਹਿਰੀਲੀਆਂ ਦਵਾਈਆਂ ਛਿੜਕਦੇ ਹਾਂ ਅਸੀਂ, ਠੀਕ ਹੈ, ਇਨਸੈਕਟੀ ਪੈਸਟੀਸਾਈਡ, ਨਦੀਨ ਵਾਸ਼ਨਾਸ਼ਕ ਦਵਾਈਆਂ, ਭੈਣਾਂ ਕੁਛ ਕੋਸਮੈਟਿਕ ਵਾਲੀ ਚੀਜ਼ਾਂ, ਕਰੀਮਾਂ ਲਾਉਂਦੀਆਂ ਮੂੰਹ 'ਤੇ, ਕਈ ਤਾਂ ਕੱਛਾਂ ਦੇ ਵਿੱਚ ਡੀਓਡੋਰੈਂਟ ਬੋਲਦੇ ਹਾਂ ਅਸੀਂ, ਉਹ ਵੀ ਸਪਰੇਅ ਕਰਦੇ ਹਾਂ ਉਹਨਾਂ ਵਾਸਤੇ। ਬੇਨਤੀ ਇਹ ਸਾਰੀਆਂ ਐਸਟ੍ਰੋਜਨ ਹੁੰਦੀਆਂ, ਇਹ ਜਿਹੜਾ ਐਸਟ੍ਰੋਜਨ ਹਾਰਮੋਨ ਵਧਣ ਕਰਕੇ ਕੈਂਸਰ ਹੁੰਦਾ, ਬ੍ਰੈਸਟ ਦਾ, ਯੂਟਰਸ ਦਾ, ਓਵਰੀ ਦਾ, ਇਹ ਇਹਨਾਂ ਦਵਾਈਆਂ ਕਰਕੇ ਹੁੰਦਾ। ਅਸੀਂ ਕਿਉਂ ਕਹਿੰਦੇ ਹਾਂ ਵੀ ਕੈਂਸਰ ਪੰਜਾਬ ਜਿਹੜਾ ਇੱਕ ਕੈਂਸਰ ਦੀ ਰਾਜਧਾਨੀ ਹੈ, ਕਿਉਂਕਿ ਸਭ ਤੋਂ ਵੱਧ ਜ਼ਹਿਰਾਂ ਪੰਜਾਬ ਹੀ ਛਿੜਕਦਾ। ਮਾਲਵੇ ਦੇ ਵਿੱਚ ਕੈਂਸਰ ਕਿਉਂ ਜ਼ਿਆਦਾ ਵਾ ਦੂਸਰੇ ਏਰੀਏ ਨਾਲੋਂ, ਨਰਮੇ ਕਪਾਹ ਅਤੇ ਸਪਰੇਆਂ ਬਹੁਤ ਹੁੰਦੀਆਂ, ਇਸ ਕਰਕੇ ਇੰਨੇ ਸਪਰੇਆਂ ਕਰਕੇ ਜਿਹੜੇ ਵੀ ਲੋਕ ਉੱਥੋਂ ਕੋਲ ਦੀ ਲੰਘਦੇ ਆ, ਉੱਥੇ ਰਹਿੰਦੇ ਆ, ਜਿਹੜੇ ਸਪਰੇ ਕਰਦੇ ਆ, ਉਹਨਾਂ ਅੰਦਰ ਉਹ ਐਸਟ੍ਰੋਜਨ ਜਿਹੜੇ ਹੁੰਦੇ ਉਹ ਅੰਦਰ ਜਾਂਦੇ ਅਤੇ ਉਹ ਕੈਂਸਰ ਕਰਦੇ। ਸੋ ਇਹਨਾਂ ਸਾਰੇ ਕੈਮੀਕਲਾਂ ਜ਼ਹਿਰਾਂ ਤੋਂ ਬਚੋ। ਹੁਣ ਤੁਹਾਨੂੰ ਮੈਂ ਬਿਮਾਰੀਆਂ ਬਾਰੇ ਥੋੜ੍ਹਾ ਥੋੜ੍ਹਾ ਮਤਲਬ ਤਾਜ਼ੀ ਵਾਧਾ, ਵੈਸੇ ਮੈਂ ਕਾਫੀ ਕਵਰ ਕਰਦਾ। ਸ਼ੂਗਰ ਦੀ ਬਿਮਾਰੀ ਆ ਜਿਹੜੀ, ਸ਼ੂਗਰ ਦੀ ਬਿਮਾਰੀ, ਇਹ ਗਲੂਕੋਜ਼ ਜਿਹਨੂੰ ਕਹਿੰਦੇ ਸ਼ੂਗਰ ਦੀ ਬਿਮਾਰੀ, ਸ਼ੂਗਰ ਵਧੀ ਨਹੀਂ ਬਿਮਾਰੀ, ਸ਼ੂਗਰ ਵੱਧ ਜਾਣਾ ਹੈ ਕਿ ਬਿਮਾਰੀ ਨਹੀਂ, ਬਿਮਾਰੀ ਤਾਂ ਕੋਈ ਹੋਰ ਹੈ, ਤਾਂ ਸਿੰਪਟਮ ਹੈ, ਇਹ ਤਾਂ ਇੱਕ ਸਾਈਨ ਹੈ, ਤੁਹਾਨੂੰ ਦੇ ਰਹੀ ਹੈ ਬੋਡੀ ਵੀ ਤੇਰੇ ਬਲੱਡ ਦੇ ਵਿੱਚ ਸ਼ੂਗਰ ਵੱਧ ਗਈ, ਕੋਈ ਤੇਰੀ ਕੋਈ ਚੀਜ਼ ਗੜਬੜ ਹੈ, ਗੜਬੜ ਕੀ ਹੈ। ਮੈਂ ਅੱਜ ਵੀ ਸਵੇਰੇ ਗੱਲ ਕਰ ਰਹੀ, ਸਾਡੇ ਮੋਗੇ ਤੋਂ ਪਾਣੀ ਆ ਰਿਹਾ ਨਹਿਰ ਤੋਂ, ਖਾਲ ਦੇ ਵਿੱਚ ਜਾ ਰਿਹਾ, ਖਾਲ ਤੋਂ ਬਾਅਦ ਅਸੀਂ ਮੂੰਹੇ ਖੋਲ੍ਹੇ ਨਹੀਂ ਜਿਹੜੇ ਅਸੀਂ ਖੇਤ 'ਚ ਪਹੁੰਚਾਉਣੇ, ਤਾਂ ਕੀ ਹੋਊਗਾ, ਖਾਲ ਦੇ ਵਿੱਚ ਪਾਣੀ ਚੜ੍ਹ ਜੂਗਾ ਨਾ, ਓਵਰਫਲੋ ਹੋਏਗਾ। ਅਤੇ ਗਲਤੀ ਕਿਹਦੀ ਹੈ, ਗਲਤੀ ਤਾਂ ਮੂੰਹ ਹੀ ਨਹੀਂ ਖੋਲ੍ਹੇ, ਖੇਤ 'ਚ ਗਿਆ ਨਹੀਂ। ਉਹੀ ਗੱਲ ਸਾਡੇ ਅੰਦਰ, ਸਾਡੀ ਗਲੂਕੋਜ਼ ਬਣ ਗਈ ਸਿੱਲਾਂ, ਜਿਹੜੇ ਸੈੱਲ ਆ ਸਾਡੇ ਸਿੱਲਾਂ 'ਚ ਜਾਣੀ ਚਾਹੀਦੀ ਹੈ, ਸਿੱਲਾਂ 'ਚ ਗਈ ਨਹੀਂ ਤਾਂ ਬਲੱਡ 'ਚ ਤਾਂ ਵਧੂਗੀ। ਕਿਸੇ ਡਾਕਟਰ ਨੇ ਕੋਸ਼ਿਸ਼ ਕੀਤੀ ਹੈ ਵੀ ਸਿੱਲਾਂ 'ਚ ਪਹੁੰਚਾ ਦਿੱਤੀ ਜਾਵੇ ਅਤੇ ਤੁਹਾਡੀ ਸ਼ੂਗਰ ਡਾਊਨ ਹੋ ਜੂਗਾ ਆਪਣੇ ਆਪ। ਗਲੂਕੋਜ਼ ਨੇ ਕਿੱਥੇ ਵਰਤਿਆ ਜਾਣਾ, ਬਲੱਡ 'ਚ, ਬਲੱਡ ਨੂੰ ਤਾਂ ਗਲੂਕੋਜ਼ ਲੋੜ ਨਹੀਂ, ਕਿਸ ਨੂੰ ਕਿਹੜੀ ਚੀਜ਼ ਨੂੰ ਲੋੜ ਹੈ ਗਲੂਕੋਜ਼ ਦੀ, ਸਾਡੇ ਸਿੱਲਾਂ ਨੂੰ, ਸਿੱਲ ਜਿਹੜੇ ਸਾਡੇ ਔਰਗਨ ਹੈ, ਟਿਸ਼ੂ ਆ, ਸਿੱਲਾਂ ਦੇ ਬਣੇ, ਉਹ ਵਿਚਾਰੇ ਤਰਸਦੇ ਰਹਿੰਦੇ ਸਿੱਲ, ਉਹ ਵੀ ਸਫ਼ਰ ਕਰ ਰਿਹਾ ਸਾਡੇ ਸਿੱਲ, ਉਹ ਆਪਣਾ ਇਹੋ ਸਫ਼ਰ ਕਰ ਰਿਹਾ, ਉਹਨਾਂ ਨੂੰ ਗਲੂਕੋਜ਼ ਲੱਭਦੀ ਨਹੀਂ, ਮਿਲਦੀ ਨਹੀਂ, ਚਾਹੀਦੀ ਨਹੀਂ, ਉਹ ਐਨਰਜੀ ਬਣਾ ਨਹੀਂ ਸਕਦੇ, ਤੁਹਾਨੂੰ ਥਕਾਵਟ ਰਹਿਣੀ ਹੈ,
ਦੂਸਰੇ ਪਾਸੇ ਜਿਹੜਾ ਗਲੂਕੋਜ਼ ਵਧਣੀ ਹੈ, ਜਿਹੜੀ ਬਲੱਡ 'ਚ ਵੱਧ ਗਈ, ਉਹ ਸਾਡੇ ਜਿੰਨੇ ਜਿਹੜੇ ਆਰਗਨ ਨੂੰ ਖਰਾਬ ਕਰ ਦਿੰਦੀ ਹੈ, ਲੱਤਾਂ ਕੱਟਣੀਆਂ ਪੈ ਜਾਂਦੀਆਂ, ਬਲੱਡ ਇੰਨਾ ਸੰਘਣਾ ਹੋ ਜਾਂਦਾ, ਪੈਰਾਂ 'ਚ ਬਲੱਡ ਇੰਨੀ ਪਹੁੰਚਦਾ ਹੀ ਨਹੀਂਗਾ, ਪੈਰ ਸੁੱਜਣੇ ਸ਼ੁਰੂ ਹੋ ਜਾਂਦੇ, ਅਡੀਮਾ ਕਹਿੰਦੇ ਆ ਵਾਟਰ ਰਿਟੈਂਸ਼ਨ, ਬਾਡੀ ਵਾਟਰ ਨੂੰ ਹੋਲਡ ਕਰਨਾ ਸ਼ੁਰੂ ਕਰ ਦਿੰਦੀ ਹੈ, ਅੱਖਾਂ ਤੋਂ ਦਿਖਣਾ ਬੰਦ ਹੋ ਜਾਂਦਾ ਜਿਹੜੇ ਬੰਦੇ ਸ਼ੂਗਰ ਦੇ ਮਰੀਜ਼ ਹੈ, ਉਹ ਸ਼ੂਗਰ ਅੱਖਾਂ 'ਚ ਜਮ੍ਹਾਂ ਹੋਊਗੀ, ਠੀਕ ਹੈ। ਸੋ ਅਸੀਂ ਕੀ ਕਰਨਾ, ਸੈੱਲਾਂ 'ਚ ਪਹੁੰਚਾਉਣੀ, ਸੈੱਲ ਨਵੇਂ ਬਣਾ ਦੇਣੇ, ਸੈੱਲ ਗਲਤ ਬਣੇ ਹੈ, ਸ਼ੂਗਰ ਉੱਥੇ ਪਹੁੰਚੀ ਨਹੀਂ। ਜਦੋਂ ਰਿਫਾਇੰਡ ਤੇਲ ਖਾਓਗੇ, ਸੈੱਲ ਔਰ ਸੈੱਲ ਤਾਂ ਤੇਲਾਂ ਨਾਲ ਬਣਦੇ ਆ, ਉਹਦੀ ਬਾਹਰਲੀ ਮੈਂਬਰੇਨ ਜਿੱਥੋਂ ਐਂਟਰੀ ਹੋਣੀ ਹੈ ਗਲੂਕੋਜ਼ ਦੀ, ਜੇ ਰਿਫਾਇੰਡ ਤੇਲ ਬੰਦ ਕਰ ਦਿਓਗੇ, ਸੈੱਲਾਂ ਦੀ ਬਣਤਰ ਸਹੀ ਹੋ ਜੂਗੀ, ਗਲੂਕੋਜ਼ ਅੰਦਰ ਜਾਏਗੀ ਤਾਂ ਤੁਹਾਡੀ ਗਲੂਕੋਜ਼ ਠੀਕ। ਦਿਲ ਦੇ ਰੋਗ, ਜਿੰਨੇ ਦਿਲ ਦੇ ਰੋਗ ਆ, ਹਾਰਟ ਅਟੈਕ, ਸਟਰੋਕ, ਇਹ ਕੈਲਸ਼ੀਅਮ ਦੀ ਵਾਧ ਵੀ, ਜ਼ਿਆਦਾ ਕੈਲਸ਼ੀਅਮ ਬਣਨਾ, ਮੈਗਨੀਸ਼ੀਅਮ ਦੀ ਘਾਟ, ਮੈਗਨੀਸ਼ੀਅਮ ਬੋਡੀ 'ਚ ਘੱਟ ਆਉਣਾ, ਉਹਦੀ ਨਿਸ਼ਾਨੀ। ਨੰਬਰ 2 'ਤੇ ਵਿਟਾਮਿਨ ਸੀ ਘੱਟ ਹੋਣਾ, ਉਹਦੀ ਨਿਸ਼ਾਨੀ। ਇਸ ਕਰਕੇ ਅਸੀਂ ਵਾਰ ਵਾਰ ਕਹਿੰਦੇ ਹਾਂ, ਫਰੂਟ ਵੈਜੀਟੇਬਲ, ਨਿੰਬੂ ਪਾਣੀ ਜ਼ਿਆਦਾ ਖਾਓ, ਸਬਜ਼ੀਆਂ ਖਾਓ, ਉਹਦੇ ਸਾਰੇ ਵਿਟਾਮਿਨ ਸੀ ਆ। ਵਿਟਾਮਿਨ ਸੀ ਇੰਨਾ ਖਾਓ ਕਿ ਤੁਹਾਡੇ ਅੰਦਰ ਇੰਨਾ ਵਿਟਾਮਿਨ ਸੀ ਹੋ ਜਾਵੇ ਕਿ ਜਿਹੜੇ ਆਰਗਨ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ, ਵਿਟਾਮਿਨ ਸੀ ਉਹਦੇ ਠੀਕ ਕਰ ਦਿੰਦਾ, ਬਿਮਾਰੀ ਨਹੀਂ ਬਣਦੀ। ਹੱਡੀਆਂ ਦੇ ਰੋਗ ਜਿੰਨੇ ਹੈਗੇ ਆ, ਉਹ ਵੀ ਕੈਲਸ਼ੀਅਮ ਨਾਲ, ਪਹਿਲਾਂ ਦੱਸਿਆ ਸੀ ਕੈਲਸ਼ੀਅਮ ਵੱਧਣਾ ਹੁੰਦੇ ਆ, ਮੈਗਨੀਸ਼ੀਅਮ ਦੇ ਦਿਓ ਉਹਨਾਂ ਨੂੰ, K2 ਵਿਟਾਮਿਨ ਦੇ ਦਿਓ, ਸਾਰੇ ਰੋਗ ਦੇ। ਕੁਛ ਇੱਕ ਆਟੋਮਿਊਨ ਡਿਜ਼ੀਜ਼ ਬਾਰੇ ਤੁਹਾਨੂੰ ਮੈਂ ਗੱਲ ਕਰਦਾ, ਬਾਕੀ ਤੁਸੀਂ ਫਿਰ ਸਵਾਲ ਬਹੁਤ ਆਉਣੇ, ਮੈਨੂੰ ਪਤਾ ਬਹੁਤ ਸੂਝਵਾਨ ਲੋਕ ਤੁਸੀਂ ਬੈਠੇ ਹੋ, ਤਾਂ ਮੈਂ ਸਾਰੀ ਤਾਂ ਨਹੀਂ ਗੱਲ ਕਰਦਾ, ਜਿਹੜੇ ਸਵਾਲ ਤੁਸੀਂ ਪੁੱਛੋਗੇ, ਜਿਹੜੇ ਹੁਣ ਮੈਂ ਛੱਡ ਦੇ, ਫਿਰ ਉਹ ਤੁਹਾਡਾ ਆਨਸਰ ਕਰੂੰਗਾ, ਉਹਦੇ 'ਚ ਤੁਹਾਨੂੰ ਸਾਰੇ ਗੱਲਾਂ ਕਲੀਅਰ ਹੋ ਜਾਣਗੀਆਂ। ਸੋ ਲਾਸਟ ਦੇ ਵਿੱਚ ਮੈਂ ਕਰਦਾ, ਤੁਸੀਂ ਇੱਕ ਲਫ਼ਜ਼ ਸੁਣਿਆ ਹੋਣਾ, ਜਿਹੜੇ ਪੜ੍ਹੇ ਲਿਖੇ ਬੰਦੇ ਆ, ਆਟੋ ਇਮਿਊਨ ਡਿਜ਼ੀਜ਼। ਆਟੋ ਇਮਿਊਨ ਡਾਕਟਰ ਕਦੇ ਕਦੇ ਬੋਲਦੇ ਆ, ਜੋ ਘੱਟ ਹੀ ਨਿਕਲਦੀ ਇਹਨੇ ਮੂੰਹ 'ਚੋਂ, ਕਿਉਂਕਿ ਇਹਨਾਂ ਕੋਲ ਆਟੋ ਇਮਿਊਨ ਡਿਜ਼ੀਜ਼ ਦਾ ਇਲਾਜ ਕੋਈ ਨਹੀਂ, ਇਸ ਕਰਕੇ ਉਹਦਾ ਜ਼ਿਕਰ ਹੀ ਨਹੀਂ ਕਰਦਾ। ਮਲਟੀਪਲ ਸਕਲੈਰੋਸਿਸ ਜਿਹਨਾਂ ਨੂੰ ਹੋਈ ਆ ਉਹਨਾਂ ਨੂੰ ਪਤਾ ਹੈ, ਜਿਹਨੂੰ ਹੋਈ ਨਹੀਂ ਉਹਨੇ ਤਾਂ ਨਾਮ ਨਹੀਂ ਸੁਣਨਾ ਮਲਟੀਪਲ ਸਕਲੈਰੋਸਿਸ ਕੀ ਹੈ, ਆਟੋਮਿਊਨ ਬਿਮਾਰੀ। ਬੱਚਿਆਂ 'ਚ ਜਿਹੜੀ ਸ਼ੂਗਰ ਦੀ ਬਿਮਾਰੀ ਹੈ, ਜਿਹਨੂੰ ਕਹਿੰਦੇ ਕਸ ਕੁਛ ਬੰਦੇ ਜਾਣਦੇ ਉਹਨੂੰ ਟਾਈਪ 1 ਡਾਇਬੀਟੀਜ਼, ਜਿਹੜੇ ਬਜ਼ੁਰਗਾਂ 'ਚ ਬਿਮਾਰੀ ਹੁੰਦੀ ਹੈ ਸ਼ੂਗਰ ਦੀ, ਉਹਨੂੰ ਟਾਈਪ 2 ਕਹਿੰਦੇ ਆ। ਸੋ ਇਹ ਤੋਂ ਸ਼ਰਮਿੰਦਾ ਨਾ ਹੋ, ਸ਼ਾਹੀ ਨਾ ਕਰੋ ਤੋਂ ਵਟਾ ਸੂਰਜ ਤੋਂ, ਔਰ ਇਹਦਾ ਵੀ ਟਾਈਮ ਹੈ। ਧਰਤੀ 'ਤੇ ਇੱਕ UVB ਰੇਜ਼ ਹੁੰਦੀਆਂ, ਜਿਹੜੀਆਂ ਕਿ ਕੁਛ ਮਹੀਨੇ ਤੱਕ ਹੀ ਆਉਂਦੀਆਂ, ਸਾਡੇ ਕੈਨੇਡਾ ਦੇ ਵਿੱਚ ਤਾਂ ਅਪ੍ਰੈਲ ਤੋਂ ਸ਼ੁਰੂ ਹੋ ਕੇ ਅਗਸਤ ਤੋਂ ਬਾਅਦ ਜਾਂਦਾ, ਅਗਸਤ ਦਾ ਇੰਨੇ ਦਿਨ ਹੀ ਹੈ, ਔਰ ਉਹ ਵੀ ਉਹਦੇ ਵਿੱਚ ਟਾਈਮ ਆ ਦਿਨ ਦਾ, ਜਿਹੜੇ ਟਾਈਮ 'ਤੇ UVB ਰੇਜ਼ ਆਉਂਦੀਆਂ, ਗੁੱਡ ਰੇਜ਼ ਆਉਂਦੀਆਂ, ਜਿਹੜੀ ਵਿਟਾਮਿਨ ਡੀ ਬਣਾਉਂਦੀਆਂ, ਜਦੋਂ ਸਾਡੀ ਚਮੜੀ 'ਤੇ ਲੱਗਦੀਆਂ, ਔਰ ਬਣਦਾ ਕਿੱਥੋਂ ਪਤਾ ਵਿਟਾਮਿਨ ਡੀ, ਕੋਲੈਸਟਰੋਲ ਤੋਂ, ਔਰ ਕੋਲੈਸਟਰੋਲ ਡਾਕਟਰ ਕੀ ਕਰਾਉਂਦੇ ਆ, ਘੱਟ ਕਰਾਉਂਦੇ ਆ ਬਈ ਵਿਟਾਮਿਨ ਡੀ ਨਾ ਬਣਦੇ। ਮੈਂ ਅੱਜ ਉਹਨਾਂ ਦੇ ਜਿਵੇਂ ਨਾ ਪੜਚੋਲ ਕਰਕੇ ਉਹਨਾਂ ਦੇ ਜਿਹੜੇ ਖਿਲਾੜ ਲਾਇਆ, ਤੁਹਾਡੇ ਸਾਹਮਣੇ ਦੱਸਣਾ ਹੈ ਇਹ ਸਾਨੂੰ ਕਿੰਨੀ ਐਡਵਾਈਸ ਗਲਤ ਦੇ ਕੇ ਸਾਨੂੰ ਬਿਮਾਰੀ ਦਾ ਕਾਰਨ ਹੈ। ਬਹੁਤੇ ਕੈਸਰ ਵਿਟਾਮਿਨ ਡੀ ਦੀ ਘਾਟ ਨਹੀਂ। ਸੋ ਇੰਨੀਆਂ ਕੁ ਬੇਨਤੀਆਂ ਤੁਹਾਡੇ ਨਾਲ ਕਰਨੀਆਂ ਸੀਗੀਆਂ, ਤੁਸੀਂ ਇੰਨੀ ਸੋਹਣੇ ਤਰੀਕੇ ਨਾਲ ਮੇਰਾ ਲੈਕਚਰ ਸੁਣਿਆ, ਤੁਸੀਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਪਿੰਨ ਡਰੋਪ ਸਾਇਲੈਂਸ ਸੀ,
ਕਿਸੇ ਨੇ ਮੇਰੀ ਬੇਨਤੀ ਨੂੰ ਬਿਲਕੁਲ ਵੀ ਨਹੀਂ ਮਤਲਬ ਅਣਗੌਲੇ ਕੀਤਾ, ਆਪਸ ਵਿੱਚ ਵੀ ਨਹੀਂ ਗੱਲ ਕੀਤੀ। ਤੁਸੀਂ ਸਾਰੇ ਦੋਸਤੋ ਪਲੀਜ਼ ਤੁਸੀਂ ਵਧਾਈ ਦੇ ਪਾਤਰ ਹੋ। ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ।